जस्ट भी देख रहे तुसी, मैं के पी सिंह टू द पॉइंट भी तुहाडा सब का स्वागत करता। बेअदबी के मुद्दे ते पंजाब की सत्ता में बहुत वड्डी तब्दीली हुई सी। अकाली भाजपा सरकार नूं इस मुद्दे ते जाना पिया सी। कैप्टन अमरिंदर सिंह की सरकार आई सी ते बहुत सारे वादे किए गए सीगे। इन्हां वादियां दे विच बेअदबी नाल जुड़े सारे मामले हल करवाउंदे ये वादे सीगे। आखिरी साल चल रहा कैप्टन अमरिंदर सिंह सरकार का, पर कोटपुरा गोलीकांड मामले बारे जिहड़ियां रिपोर्ट्स आ रही उस ते सियासत तपकी है ते जिहड़ियां पंथक जथेबंदियां सियासी जथेबंदियां उन्होंने सारे ने सवाल खड़े करने शुरू करते हैं। असी वड्डा सवाल इक्को पुछांगे, इंसाफ च असल अड़िका की है? इस डिबेट में वड्डा सवाल असी यह पुछांगे कि 6 साल बाद भी बेअदबी नाल जुड़े मामले के हाल में सरकार नाकाम क्यों हैं। इस सवाल से बहस करा कि पैनल साडा मौजूद है, उन्होंने तुहाडा तारफ करा रहे हैं फटाफट, तो उस तो बाद डिबेट शुरू करते हैं। प्रोफेसर मनजीत सिंह पोलिटिकल एनालिस्ट ने, प्रोफेसर मनजीत सिंह तुहाडा बहुत स्वागत है। हरदीप सिंह किंगरा कांग्रेस के बुलारे, उन्होंने फिलहाल जुड़ना साढ़े नाल, जो जुड़ जाएंगे उन्होंने स्वागत भी कर देंगे। कुलतार सिंह संधवा MLA ने आम आदमी पार्टी के कोटकपुरा तो, इन्होंने मामला बहुत ज़्यादा जुड़िया होया क्योंकि ये उस हल्के बिलोंग करते हैं। कुलतार सिंह संधवा तुहाडा बहुत स्वागत है सर। विरसा सिंह बलटोआ ये श्रोमणी अकाली दल के बुलारे है, तो बलटोआ साहब साबका मुख्य पार्लीमेंटरी सकत्र है, तो बलटोआ साहब पंथक विषयों पर अक्सर बोलते रहते हैं, तो बलटोआ साहब इस कर सकते हैं। बलटोआ साहब तुहाडा बहुत स्वागत है सर। बहुत मेहरबानी जी। सब तो पहला सवाल बलटोआ साहब तुहानू करना चाहता, बलटोआ साहब एक मामले के बारे ये सारी गलबात हो रही है, जिस तरीके अकाली दल टिप्पणियां कर रहा है, जिस तरीके कांग्रेस टिप्पणी कर रही है, ਤੁਹਾਡੇ ਤੇ ਵਿਰੋਧੀ ਤੁਹਾਡੇ ਸਵਾਲ ਕਰਦੇ ਪਏ ਆ ਕਿ ਦੋਨੋਂ ਤੁਸੀਂ ਮਿਲ ਕੇ ਖੇਡਦੇ ਪਏ ਹੋ? ਬਲਟੋਆ ਸਾਹਿਬ ਦੇਖੋ ਕਿਪੀ ਜੀ, ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਮਸਲਾ ਕੀ, ਮਸਲਾ ਬੜਾ ਗੰਭੀਰ ਹੈ, ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਆ। ਪਰ ਉਹ ਮਸਲਾ ਆ ਜਿਹਨੇ 2015 ਦੇ ਵਿੱਚ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਿੱਖ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਔਰ ਪੰਜਾਬ ਦੀ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਸੀ। ਔਰ ਇਹ 'ਚ ਕੋਈ ਦਰਾਵਾ ਨਹੀਂ ਗਿਆ ਕਿ ਉਹਨਾਂ ਘਟਨਾਵਾਂ ਵਾਸਤੇ, ਉਹਨਾਂ ਮੰਦਭਾਗੀਆਂ ਘਟਨਾਵਾਂ ਵਾਸਤੇ ਜਿਹੜੇ ਵੀ ਲੋਕ ਕਸੂਰਵਾਰ ਸੀ, ਉਹ ਕਟਹਿਰੇ 'ਚ ਖੜੇ ਹੋਣੇ ਚਾਹੀਦੇ ਸੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਔਰ ਸਾਡੇ 'ਤੇ ਵੀ ਸਵਾਲ ਉੱਠਦਾ ਕਿ ਤੁਹਾਡੇ ਕੋਲ 1 ਸਾਲ ਸੀ, ਤੁਸੀਂ ਕੀ ਕੀਤਾ? ਸਾਡੇ ਕੋਲ ਸਾਲ ਸੀ, ਪਰ ਸ਼ੁਰੂ ਦੇ ਵਿੱਚ ਹੀ ਚਾਹੇ ਕਾਂਗਰਸ ਪਾਰਟੀ ਸੀ, ਚਾਹੇ ਹੋਰ ਵਿਰੋਧੀ ਪਾਰਟੀਆਂ ਸੀ, ਚਾਹੇ ਸਿੱਖ ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਸਾਰਿਆਂ ਨੇ ਹੀ ਸਵਾਲ ਉਠਾ ਦਿੱਤਾ ਕਿ ਸਾਨੂੰ ਸਰਕਾਰ 'ਤੇ ਇਤਬਾਰ ਨਹੀਂ, ਸਾਨੂੰ ਪੰਜਾਬ ਪੁਲਿਸ 'ਤੇ ਇਤਬਾਰ ਨਹੀਂ, ਇਹ ਜਿਹੜੀ ਜਾਂਚ ਹੈ CBI ਨੂੰ ਜਾਣੀ ਚਾਹੀਦੀ। ਉਹ ਇਹੋ ਜਿਹਾ ਭੰਬਲ ਭੂਸਾ ਕ੍ਰੀਏਟ ਕੀਤਾ ਗਿਆ, ਹਾਲਾਤ ਪੈਦਾ ਕੀਤੇ ਗਏ ਕਿ ਉਹ ਜਿਹੜੀ 1 ਸਾਲ ਸਾਨੂੰ ਸਾਡੇ ਕੋਲ ਸੀ, ਉਹਦੇ ਵਿੱਚ ਵੀ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੇ। ਔਰ ਜਿਹਨਾਂ ਲੋਕਾਂ ਨੇ ਬੜਾ ਦਾਅਵਾ ਕਰਕੇ, ਬੜਾ ਵਾਅਦਾ ਕਰਕੇ, ਹੇਕ ਥਾਪੜ ਕੇ, ਗੁਪਤਾ ਸਾਹਿਬ ਮੱਥੇ ਨੂੰ ਲਾ ਕੇ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਮੇਰੀ ਸਰਕਾਰ ਬਣ ਗਈ ਤੇ ਮੈਂ ਇਹਦੇ ਕਸੂਰਵਾਰ ਜਿਹੜੇ ਹੈ ਉਹਨਾਂ ਨੂੰ ਸਜ਼ਾਵਾਂ ਦਵਾਂ, ਔਰ ਮਿਲਣੀਆਂ ਵੀ ਚਾਹੀਦੀਆਂ, ਅਸੀਂ ਵੀ ਚਾਹੁੰਦੇ ਹਾਂ। ਪਰ ਤੁਸੀਂ ਬੜੀ ਸਿਆਸਤ ਕਰ ਲਈ ਸੀ 2017 ਤੱਕ, ਤੁਸੀਂ ਸਰਕਾਰ ਬਣਾ ਲਈ, ਇਸ ਤੋਂ ਵੱਡੀ ਗੱਲ ਤਾਂ ਕੋਈ ਨਹੀਂ। ਪਰ ਤੁਸੀਂ 2022 ਨੂੰ ਮੱਦੇਨਜ਼ਰ ਰੱਖਦਿਆਂ ਫਿਰ ਲਗਾਤਾਰ ਫਿਰ ਸਿਆਸਤ ਕਰ ਰਹੇ ਜੀ। ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਘਟਨਾਵਾਂ ਨੂੰ ਲੈ ਕੇ ਇਹਨਾਂ ਦੀ ਜਾਂਚ ਵਾਸਤੇ ਇੱਕ SIT ਬਣਾਈ ਜਾਂਦੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ 4 ਮੈਂਬਰੀ, ਜਿਹਨੂੰ ਹੈੱਡ ਕਰਦੇ ਨੇ ADGP ਸ਼੍ਰੀ ਪ੍ਰਬੋਧ ਕੁਮਾਰ। ਔਰ ਸ਼੍ਰੀ ਪ੍ਰਬੋਧ ਕੁਮਾਰ, ਜਿੰਨਾ ਕੁ ਮੈਂ ਜਾਣਦਾ, ਜਿੰਨਾ ਕੁ ਮੈਂ ਉਹਨਾਂ ਉਹਨਾਂ ਬਾਰੇ ਸੁਣਿਆ ਹੈ ਕਿ ਵੈਰੀ 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 ਇੰਟੈਲੀਜੈਂਟ ਆਫਿਸਰ, ਔਰ ਕਿਸੇ ਤਰ੍ਹਾਂ ਦੀ ਉਹਨਾਂ ਦੇ ਉੱਤੇ, ਉਹਨਾਂ ਦੇ ਡਿਊਟੀ ਦੌਰਾਨ, ਉਹਨਾਂ ਦੀ ਸਰਵਿਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ, ਉਹਨਾਂ ਨੂੰ ਹੈੱਡ ਲਾਇਆ ਗਿਆ। ਔਰ 4 ਮੈਂਬਰੀ ਬਣਾਈ ਗਈ, 3 ਬਾਕੀ ਜਿਹੜੇ ਮੈਂਬਰ ਸੀ ਉਹਨਾਂ ਦੇ ਵਿੱਚੋਂ ਇੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸਨ। ਔਰ ਜਾਂਚ ਸ਼ੁਰੂ ਹੋਈ, ਔਰ ਜਾਂਚ ਦੇ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਸਾਬਕਾ ਮੁੱਖ ਮੰਤਰੀ ਸੀ, ਉਹਨਾਂ ਨੂੰ ਸਮਨਿੰਗ ਕੀਤੀ ਗਈ।
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਟਵਾ ਸਾਹਿਬ ਜਿਹੜੇ ਉਸ ਸਮੇਂ ਡਿਪਟੀ ਸੀ ਇਲਜ਼ਾਮ ਇਹ ਲੱਗਦਾ ਪਿਆ ਕਿ ਦੋਨੋਂ ਤੁਸੀਂ ਮਿਲ ਕੇ ਖੇਡਦੇ ਪਏ ਹੋ ਸਰ, ਇਸ ਦਾ ਜਵਾਬ ਹੈਗਾ ਤੁਹਾਡੇ ਕੋਲ ਕੀ? ਬਟਵਾ ਸਾਹਿਬ ਮੈਂ ਉਸੇ ਗੱਲ ਤੇ ਆਉਣਾ ਚਾਹੁੰਦਾ ਸੀ, ਉਸੇ ਗੱਲ ਤੇ ਆਉਣਾ ਚਾਹੁੰਦਾ ਜੀ। ਹੁਣ ਗੱਲ ਕੀ ਹੈ ਕਿ 4 ਮੈਂਬਰੀ ਇਨਵੈਸਟੀਗੇਸ਼ਨ ਟੀਮ ਬਣਾਈ ਗਈ, ਉਹਦੇ ਚ 3 ਮੈਂਬਰ ਤੇ ਹੈੱਡ ਕਰਨ ਵਾਲੇ ADGP ਇਹ ਕਹਿ ਕੇ ਛੱਡ ਗਏ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ IG ਜਿਹੜੇ ਨੇ, ਜਿਹੜੇ ਸਿੱਟ ਦੇ ਮੈਂਬਰ ਨੇ, ਇਹ ਮਨ ਮਰਜ਼ੀ ਕਰ ਰਹੇ ਹੈ, ਇਹ ਨਿਰਪੱਖ ਜਾਂਚ ਨਹੀਂ ਕਰ ਰਹੇ, ਸਾਡੇ ਸਾਹਮਣੇ ਹੈ, ਸਾਇਲੈਂਟ ਹੋ ਗਏ। ਔਰ ਸ਼ੁਰੂ ਤੋਂ ਹੀ ਉਹਨਾਂ ਨੇ ਇਹਨਾਂ ਦੀ ਜਾਂਚ ਦੇ ਉੱਤੇ ਕਿਸੇ ਨਾ ਕਿਸੇ ਰੂਪ ਚ ਉਹਨਾਂ ਸਵਾਲ ਉਠਾ ਦਿੱਤੇ, ਅਸੀਂ ਨਹੀਂ ਉਠਾਏ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ ਸੀ। ਹੁਣ ਰਾਜੇ ਤੁਸੀਂ ਜਿਹੜੀ ਗੱਲ ਕਹਿ ਰਹੇ ਜੇ ਵਿਰੋਧੀ ਇੰਜ ਕੇ ਰਲ ਮਿਲ ਕੇ ਚੱਲ ਰਹੇ, ਹੁਣ ਤੁਸੀਂ ਦੱਸੋ ਕਿ ਜਿਹੜੀ ਜਾਂਚ ਕੀਤੀ ਗਈ ਹੈ, ਸ਼ਾਇਦ ਤੁਹਾਡੇ ਚੈਨਲ ਤੇ ਵੀ ਉਹ ਮਹਾਂਪੁਰਸ਼ ਕੁੰਵਰ ਵਿਜੇ ਪ੍ਰਤਾਪ ਆਏ ਹੋਣ, ਕਿਉਂਕਿ ਵੱਖ ਵੱਖ ਚੈਨਲਾਂ ਤੇ ਜਾ ਕੇ ਜਿਸ ਤਰ੍ਹਾਂ ਇੱਕ ਰਾਜਨੀਤਿਕ ਲੋਕ ਪ੍ਰਗਟਾਵੇ ਕਰਦੇ ਨੇ, ਇਸ ਤਰ੍ਹਾਂ ਜਾ ਕੇ ਕਰਦੇ ਸੀ, ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿਸੇ ਵੈੱਬ ਚੈਨਲ ਨੂੰ, ਮੈਨੂੰ ਕਿਸੇ ਸੀਨੀਅਰ ਪੱਤਰਕਾਰ ਨੇ ਉਸਨੇ ਦੱਸਿਆ ਜਿਹੜਾ ਵੈੱਬ ਚੈਨਲ ਨਾਲ ਜੁੜਿਆ ਹੋਇਆ ਸੀ, ਕਿ ਮੈਨੂੰ ਫੋਨ ਆਇਆ ਕਿ ਕਹਿੰਦਾ ਕਿ ਤੁਸੀਂ ਤੁਸੀਂ ਮੇਰੇ ਬਾਰੇ ਜ਼ਿਕਰ ਨਹੀਂ ਕਰਦੇ, ਤੁਸੀਂ ਬਾਦਲਾਂ ਤੋਂ ਡਰਦੇ ਜੀ। ਦੱਸੋ ਇਹ ਕੋਈ ਕਿਸੇ ਆਫੀਸਰ ਦੀ ਭਾਸ਼ਾ ਹੈ? ਠੀਕ ਹੈ, ਠੀਕ। ਔਰ ਆਫੀਸਰ ਅਜਿਹੇ ਪ੍ਰਗਟਾਵੇ ਕਰੇ ਕਿ ਜਿਹੜੇ ਸਿਆਸੀ ਹੋਣ, ਸਿਆਸਤ ਦੇ ਨਾਲ ਜੁੜੇ ਹੋਣ, ਤੇ ਫਿਰ ਜਿਹਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਹਿ ਦਿੱਤਾ ਹੋਵੇ ਕਿ ਜਿੰਨੀ ਜਾਂਚ ਸਿਆਸਤ ਤੋਂ ਪ੍ਰਭਾਵਿਤ ਹੈ, ਇਹ ਨਿਰਪੱਖ ਨਹੀਂ। ਠੀਕ ਹੈ, ਵਡਵਾ ਸਾਹਿਬ, ਵਡਵਾ ਸਾਹਿਬ, ਮੇਰੇ ਅਗਲੀ ਤੁਹਾਡਾ ਸਵਾਲ ਸੀ, ਮੇਨ ਤੁਹਾਡਾ ਸਵਾਲ ਸੀਗਾ ਜੀ। ਹੁਣ ਗੱਲ ਆਉਂਦੀ ਹੈ ਕਿ ਜੇ ਜਾਂਚ ਰਿਪੋਰਟ ਤਿਆਰ ਕੀਤੀ ਗਈ, ਉਹ ਕਿਹਦੇ ਉੱਤੇ, ਕਿਹਦੇ ਵਿਰੁੱਧ ਸੀ, ਕਿਹਨਾਂ ਨੂੰ ਬਦਨਾਮ ਕਰਨ ਦੀ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀਗਾ? ਸ਼੍ਰੋਮਣੀ ਅਕਾਲੀ ਦਲ ਨੂੰ ਸੀ ਨਾ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਉਹ ਸਾਰੀਆਂ ਕਹਾਣੀਆਂ ਬਣਾਈਆਂ ਗਈਆਂ, ਜਿਸ ਤਰ੍ਹਾਂ ਦੀ ਭਾਵੇਂ ਕਿ ਅਜੇ ਸਾਹਮਣੇ ਨਹੀਂ ਆਈਆਂ, ਪਰ ਸੱਜਿਓ ਖੱਬਿਓ ਜੋ ਪਤਾ ਲੱਗਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ ਦੇ ਉੱਤੇ ਇੱਕ ਨਵੀਂ ਸਾਜ਼ਿਸ਼ ਘੜੀ ਗਈ ਇਸ ਜਾਂਚ ਦੇ ਵਿੱਚ, ਜਿਹਦਾ ਮੋਹਰਾ ਬਣਾਇਆ ਗਿਆ ਕੁੰਵਰ ਵਿਜੇ ਪ੍ਰਤਾਪ ਨੂੰ, ਠੀਕ ਹੈ, ਜਿਹੜਾ ਬਟਵਾ ਸਾਹਿਬ, ਆਪਾਂ ਬਹੁਤ ਬਹੁਤ ਲੰਬਾ ਬੋਲ ਲਿਆ ਹੁਣ, ਬਟਵਾ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ, ਕੁੰਵਰ ਵਿਜੇ ਪ੍ਰਤਾਪ ਤੋਂ ਹੁਣ ਤਕਲੀਫ ਹੋਈ ਹੈ, ਤੁਹਾਡੀ ਸਰਕਾਰ ਵਾਲੇ ਉਹਨਾਂ ਨੂੰ ਸਨਮਾਨ ਦਿੰਦੇ ਰਹੇ ਹੋ, ਤੁਸੀਂ ਹੁਣ ਤਕਲੀਫ ਹੋ ਗਈ? ਨਹੀਂ, ਇਹ ਚ ਕੋਈ ਦਰਾਵਾ ਨਹੀਂ ਗਿਆ ਕਿ ਬੜੇ ਵੱਡੇ IPS ਆਫੀਸਰਾਂ ਦੀ ਗਿਣਤੀ ਹੈ ਪੰਜਾਬ ਦੇ ਅੰਦਰ, ਹਰੇਕ ਨੂੰ ਐਡਜਸਟ ਕਰਨਾ ਪੈਂਦਾ ਹੈ ਔਰ ਕੀਤਾ ਵੀ ਹੈ, ਪਰ ਕਿਸੇ ਦਾ ਕਦੋਂ ਪਤਾ ਲੱਗਦਾ ਹੈ ਕਿ ਕਿਹਦੇ ਮਨ ਚ ਸਿਆਸਤ ਦੀ ਜਾਗ ਆ ਜਾਂਦੀ ਹੈ, ਕਿਹਨੂੰ ਕਿਹੜਾ ਸਿਆਸਤ ਦੀਆਂ ਪੌੜੀਆਂ ਚੜ੍ਹਨਾ ਚਾਹੁੰਦਾ ਆ, ਪਰ ਇਹ ਚ ਕੋਈ ਦਰਾਮਾ ਨਹੀਂ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਨੇ, ਸਿਆਸਤ ਕਰਨਾ ਚਾਹੁੰਦੇ ਨੇ, ਕਾਂਗਰਸ ਨਾਲ ਲੜਕੇ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ ਤੇ ਉਹ ਸਿਆਸਤ ਕਰ ਰਹੇ ਨੇ। ਠੀਕ ਹੈ ਸਰ, ਵਾਪਸ ਆਊਂਗਾ ਤੁਹਾਡੇ ਕੋਲ। ਕੁਲਤਾਰ ਸੰਧਵਾ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲੈ ਕੇ ਕੁਲਤਾਰ ਸੰਧਵਾ ਤੁਹਾਡੇ ਕੋਲ ਆਊਂਗਾ। ਗੋਲੀਕਾਂਡ ਦੀ ਜਾਂਚ ਤੇ ਜਸ਼ਨ ਵਾਲੇ ਬਿਆਨ ਕਿਉਂ ਆ ਰਹੇ, ਇਹ ਵੀ ਸਵਾਲ ਹੈਗਾ, ਵਾਪਸ ਆ ਕੇ ਇਹ ਸਵਾਲ ਕਰਾਂਗੇ ਜ਼ਰੂਰ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਬਲਟੂਆ ਨੇ ਬੜਾ ਵਕਤ ਲੈ ਕੇ ਸਾਰੀ ਗੱਲ ਦੱਸੀ ਹੈ, ਪਰ ਅਖੀਰ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਪਹਿਲੇ ਸੈਗਮੈਂਟ ਦੇ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਸਿਆਸਤ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਨੇ। ਇਸ ਇਲਜ਼ਾਮ ਵਿੱਚ ਕਿੰਨਾ ਦਮ ਹੈਗਾ, ਇਸ ਸਵਾਲ 'ਤੇ ਵੀ ਚਰਚਾ ਹੋਣੀ ਚਾਹੀਦੀ ਹੈ, ਪਰ ਕੁੰਵਰ ਵਿਜੇ ਪ੍ਰਤਾਪ 'ਤੇ ਜਿਹੜੀਆਂ ਉਂਗਲਾਂ ਅਕਾਲੀ ਦਲ ਚੱਕ ਰਿਹਾ, ਕੀ ਉਹਨਾਂ ਵਿੱਚ ਸਾਰਾ ਕੁਝ ਸੱਚ ਹੈ? ਵਾਪਸ ਆ ਰਹੇ। ਤੁਹਾਡੇ ਕੋਲ ਪੁੱਛਣਾ, 6 ਸਾਲ ਬਾਅਦ ਵੀ ਬੇਅਦਬੀ ਨਾਲ ਜੁੜੇ ਮਾਮਲਿਆਂ ਦੇ ਹੱਲ ਵਿੱਚ ਸਰਕਾਰਾਂ ਨਾਕਾਮ ਕਿਉਂ ਆ? ਕੁਲਤਾਰ ਸਿੰਘ ਸੰਧਵਾ, ਬਹੁਤ ਸਵਾਗਤ ਹੈ ਤੁਹਾਡਾ। ਪਹਿਲੇ ਸੈਗਮੈਂਟ ਵਿੱਚ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚ ਪਾਈ, ਹਰਦੀਪ ਸਿੰਘ ਕਿੰਗਰਾ ਤੁਹਾਡਾ ਵੀ ਬਹੁਤ ਸਵਾਗਤ ਹੈ, ਕਾਂਗਰਸ ਦੇ ਬੁਲਾਰੇ ਵੀ ਸਾਡੇ ਨਾਲ ਜੁੜ ਗਏ ਨੇ। ਕੁਲਤਾਰ ਸਿੰਘ ਸੰਧਵਾ, ਵਿਰਸਾ ਸਿੰਘ ਬਲਟੂਆ ਨੇ ਬੜਾ ਲੰਮਾ ਦੱਸਿਆ ਸਾਰਾ ਕੁਛ ਕਿ ਇਹ ਸਭ ਕੁਝ ਹੈ, ਬਾਦਲਾਂ ਨੂੰ ਬਦਨਾਮ ਕਰਨ ਦੇ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ ਘੜੀ ਗਈ ਸੀ, ਉਹ ਸਾਜ਼ਿਸ਼ ਦਾ ਹਾਈ ਕੋਰਟ ਨੇ ਦੱਸ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿਆਸੀ ਤੌਰ 'ਤੇ ਇਸ ਜਾਂਚ ਨੂੰ ਚਲਾ ਰਹੇ ਸੀ। ਆਮ ਆਦਮੀ ਪਾਰਟੀ ਕੀ ਕਹਿਣਾ ਚਾਹੁੰਦੀ ਹੈ? ਕੁਲਤਾਰ ਸਿੰਘ ਸੰਧਵਾ, ਦੇਖੋ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਾ ਕੇ ਕਿਸੇ ਨੂੰ ਮਾਣ ਦੇਣਾ, ਕਿਸੇ ਨੂੰ ਬਦਨਾਮ ਕਰਨਾ, ਇਹ ਕੋਈ ਗੱਲਾਂ ਨਹੀਂ ਹੈ, ਇਹ ਹੋ ਹੀ ਨਹੀਂ ਸਕਦਾ, ਮਾੜੇ ਤੇ ਮਾੜਾ ਬੰਦਾ ਵੀ ਨਹੀਂ ਸੋਚ ਸਕਦਾ। ਇਹ ਤਾਂ ਹੁਣ ਗੱਲ ਇਹ ਵੀ, ਜਦੋਂ ਬੇਅਦਬੀ ਹੋਈ ਕਿਹਨੂੰ ਫਾਇਦਾ ਮਿਲਿਆ? ਜਿਹਨਾਂ ਤੇ ਇਲਜ਼ਾਮ ਲੱਗੇ ਉਹਨਾਂ ਦੀਆਂ ਮੰਤਰੀਆਂ ਨੂੰ ਚੱਲਦੀਆਂ ਸੀ ਕਿ ਨਹੀਂ ਚੱਲਦੀਆਂ ਸੀ, ਤੋ ਇਹ ਗੱਲਾਂ ਵੇਖਣ ਵਾਲੀਆਂ। ਔਰ ਬਾਅਦ ਚ ਸਭ ਤੋਂ ਵੱਡਾ ਧੋਖਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਮਤਲਬ ਤੁਸੀਂ 4 ਸਾਲ ਦੇ ਕੀਤਾ ਹੀ ਕੱਖ ਨਹੀਂ,
ਦੋ ਚਾਰ ਪੁਲਿਸ ਅਫਸਰਾਂ ਨੂੰ ਤੁਸੀਂ ਫੜ ਕੇ ਅੰਦਰ ਦੇ ਦਿੱਤਾ, ਇਹ ਤਾਂ ਟੂਲ ਨੇ। ਅਸਲ ਦੋਸ਼ੀ ਕੌਣ ਹੈ? ਅਸਲ ਦੋਸ਼ੀਆਂ ਨੂੰ ਪਹੁੰਚਣਾ ਕਿਹਦਾ ਜ਼ਿੰਮੇਵਾਰੀ, ਮੈਂਡੇਟ ਕਿਹਨੂੰ, ਕਿਹਨੇ ਜ਼ਿੰਮੇਵਾਰੀ ਲਾਈ ਸੀ ਇਹਨਾਂ ਨੇ? ਔਰ ਕੁੰਵਰ ਵਿਜੇ ਪ੍ਰਤਾਪ ਵਰਗਾ ਬੰਦਾ ਜਿਹਦੀ ਸਰਵਿਸ ਰਿਕਾਰਡ ਦੇ ਵਿੱਚ ਆਊਟਸਟੈਂਡਿੰਗ ਆਊਟਸਟੈਂਡਿੰਗ ਹੀ ਹੈ ਸਭ ਕੁਝ। ਤੇ ਅਕਾਲ ਕੁਲਤਾਰ ਸੰਧਵਾ, ਕੁਲਤਾਰ ਸੰਧਵਾ, ਕੁਲਤਾਰ ਸਿੰਘ ਸੰਧਵਾ, ਪਹਿਲੀ ਵਾਰੀ ਹੋਇਆ ਸੰਧਵਾ ਸਾਹਿਬ ਬੀਜੇਪੀ ਕੇਪੀ ਇੱਕ, ਮੈਂ ਤਾਂ ਮੈਂ ਦੇਖਦਾ ਵੀ ਇੱਕ ਦੋਸ਼ੀ ਕਹਿ ਰਿਹਾ ਵੀ ਮੈਂ ਇਸ ਬੰਦੇ ਤੋਂ ਇਨਕੁਆਇਰੀ ਨਹੀਂ ਕਰਾਉਣੀ, ਮੇਰੇ ਪਸੰਦ ਦੀ ਇਨਕੁਆਇਰੀ ਬਣਨੀ ਚਾਹੀਦੀ ਹੈ, ਇਸ ਚੀਜ਼ ਨੂੰ ਡਿਫੈਂਡ ਕਿਉਂ ਨਹੀਂ ਕੀਤਾ ਗਿਆ ਕੋਰਟ ਦੇ ਵਿੱਚ? ਸੰਧਵਾ ਸਾਹਿਬ, ਸੰਧਵਾ ਸਾਹਿਬ, ਸੰਧਵਾ ਸਾਹਿਬ, ਵਿਰਸਾ ਸਿੰਘ ਬਲਟੋਆ ਕਹਿ ਰਿਹਾ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੀ ਪੌੜੀਆਂ ਚੜ੍ਹਨੀਆਂ, ਇਸ ਲਈ ਉਹ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ। ਪਤਾ ਨੀ ਜੀ ਇਹਨਾਂ ਨੂੰ ਕਿੱਥੋਂ ਆਕਾਸ਼ਵਾਣੀ ਹੋ ਗਈ, ਮੈਂ ਤਾਂ ਜਾਣਦਾ ਨੀ, ਹੋ ਸਕਦਾ ਇਹਨੂੰ ਦੱਸਿਆ ਹੋਵੇ ਬਲਟੋਆ ਸਾਹਿਬ ਨੇ, ਪਰ ਮੈਨੂੰ ਇਹ ਲੱਗਿਆ ਵੀ ਉਹਨਾਂ ਪ੍ਰਤਾਪ ਦਾ, ਮੈਂ ਇੱਕ ਵਾਰੀ ਵੇਖਿਆ ਸੀ ਲੁਧਿਆਣੇ ਕਿ ਇਹਨੇ 200 ਰੁਪਏ ਲੈ ਲਿਆ ਸੀ, ਇਹਨੇ ਨਾਲ ਦੀ ਨਾਲ ਡਿਸਮਿਸ ਕਰਤਾ ਸੀ, ਉਹ ਜਿਹੇ ਬੰਦੇ ਚਾਹੀਦੇ ਆ, ਉਹ ਜਿਹੇ ਬੰਦੇ ਚਾਹੀਦੇ, ਉਹਨੇ ਮੁੜ ਕੇ ਫਿਰ ਇਹਨੇ ਰੀਇੰਸਟੇਟ ਕੀਤਾ ਸਰਕਾਰ ਨੇ। ਉਹ ਬੰਦਾ ਇੱਕ ਸਖ਼ਤ ਪੁਲਿਸ ਅਫਸਰ, ਵਧੀਆ ਪੁਲਿਸ ਅਫਸਰ, ਗਰੀਬਾਂ ਦੀ ਗੱਲ ਸੁਣਨ ਵਾਲਾ, ਨਿਆਂ ਉਹਦੇ ਨਾਲ ਖੜਨ ਵਾਲਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਊਟ ਆਸਰਾ ਲੈ ਕੇ ਚੱਲਦਾ, ਇਹ ਗੱਲਾਂ ਮੈਨੂੰ ਮਤਲਬ ਪਤਾ ਲੱਗੀਆਂ। ਤੁਸੀਂ ਉਹਦੇ ਖਿਲਾਫ ਲਿਆਓ ਤਾਂ ਸਹੀ, ਉਹਨੇ ਕੀਤਾ ਕੀ ਹੈ, ਟੱਕੀ ਕਿੱਥੇ ਮਾਰੀ ਹੈ, ਕਿ ਰੇਤੇ ਵਾਲ ਹੱਥ ਮਨਾਇਆ, ਕਿਸੇ ਬਲੈਕੀ ਤੋਂ ਪੈਸੇ ਲਏ ਆਉਣੇ, ਕੋਈ ਉਹਦੀ ਜ਼ਿੰਦਗੀ ਦੇ ਵਿੱਚ ਕੁਛ ਕੱਢੋ, ਤੁਸੀਂ ਉਹਨੂੰ ਤੁਸੀਂ ਜਮਾਂ ਡਿਸਕ੍ਰੈਡਿਟ ਕਰਕੇ ਛਡਵਾ ਤਾ, ਇਹ ਸਰਕਾਰ ਦੀ ਨਾਕਾਮੀ ਆ, ਸਰਕਾਰ ਦੀ ਨਾਕਾਮੀ ਹੈ ਵੀ ਸਰਕਾਰ ਨੇ ਆਪਦਾ ਉੱਥੇ ਤੱਥ ਕਿਉਂ ਨਹੀਂ ਸਹੀ ਰੱਖੇ, ਜਿਹੜੇ ਬੰਦੇ ਨੇ ਐਪਲੀਕੇਸ਼ਨ ਲਾਈ ਉਹਦੇ ਬਾਰੇ ਕਿਉਂ ਦੱਸਿਆ ਤੁਹਾਡਾ ਰਿਕਾਰਡ 'ਚ ਕੀ ਹੈ? ਚਲੋ ਠੀਕ ਹੈ, ਮੈਂ ਆ ਰਿਹਾ ਮਿਸਟਰ ਸੰਧਵਾ, ਵਾਪਸ ਆਊਂਗਾ ਤੁਹਾਡੇ ਕੋਲ। ਹਰਦੀਪ ਸਿੰਘ ਇੰਗਰਾ ਸਰ, ਤੁਹਾਡੇ ਵਕੀਲਾਂ ਨੇ ਕੇਸ ਜਾਣ ਬੁੱਝ ਕੇ ਕਮਜ਼ੋਰ ਕੀਤਾ, ਆਮ ਆਦਮੀ ਪਾਰਟੀ ਤੁਹਾਡੇ 'ਤੇ ਇਲਜ਼ਾਮ ਲਾ ਰਹੀ ਹੈ, ਉਹ ਇਹ ਵੀ ਕਹਿ ਰਹੀ ਹੈ ਤੁਸੀਂ ਰਲ ਕੇ ਖੇਡਦੇ ਪਏ ਹੋ, ਪਹਿਲਾਂ ਬਾਦਲ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਆ ਜਿਹੜੇ ਉਹ ਕਮਜ਼ੋਰ ਕੀਤੇ ਗਏ, ਹੁਣ ਇਹਨਾਂ ਦੇ ਤੁਸੀਂ ਇਹਨਾਂ ਦੇ ਕੇਸ ਕਮਜ਼ੋਰ ਕਰ ਰਹੇ ਹੋ ਸਰ, ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਲਾ ਰਹੇ। ਹਰਦੀਪ ਸਿੰਘ ਇੰਗਰਾ ਕੇਪੀ, ਸਭ ਤੋਂ ਪਹਿਲਾਂ ਤਾਂ ਮਾਫੀ ਮੰਗਦਾ ਮੈਂ ਲੇਟ ਹੋਣ ਦੀ, ਕਿਉਂਕਿ ਥੋੜਾ ਟਾਈਮ ਦਾ ਕਨਫਿਊਜ਼ਨ ਸੀ। ਦੂਜੀ ਗੱਲ ਦੇਖੋ ਕੇਪੀ, ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੀਆਂ ਕਚਹਿਰੀਆਂ ਨੇ ਜਾਂ ਕੋਰਟਾਂ ਨੇ ਜਾਂ ਅਦਾਲਤ, ਉਹਨਾਂ ਦੀ ਸੁਪਰਮੇਸੀ ਐਗਜ਼ੈਕਟਿਵ ਦੇ ਉੱਤੇ ਹੁੰਦੀ ਹੈ। ਦੇਖੋ ਤੁਸੀਂ ਇੱਕੋ ਕਚਹਿਰੀ ਨੇ, ਫਰੀਦਕੋਟ ਦੀ ਕਚਹਿਰੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਨਕੁਆਇਰੀ ਦੇ ਬੇਸ ਦੇ ਉੱਤੇ ਡੀਜੀ ਐਕਸ ਡੀਜੀ ਸਵੇਦ ਸਿੰਘ ਸੈਣੀ ਤੇ ਐਕਸ ਆਈ ਜੀ ਉਮਰਾ ਨੰਗਲ ਨੂੰ ਨੋਰਮਲ ਹਾਲਾਤਾਂ ਦੇ ਵਿੱਚੋਂ ਕੱਢ ਕੇ ਕੇਸ 302 ਦੇ ਵਿੱਚ ਦਰਜ ਪਰਚਾ ਦਰਜ ਕਰਾ ਕੇ ਤੇ ਸੈਸ਼ਨ ਜੱਜ ਨੂੰ ਜਿਹੜੀ ਹੈ ਉਹ ਦੇ ਦਿੱਤੀ, ਕਿਉਂਕਿ ਉਹਦੇ ਕੋਲੇ ਆਪਦੇ ਕੋਲੇ ਜੱਜ ਦੇ ਕੋਲੇ ਇਸ ਨੂੰ ਟ੍ਰਾਇਲ ਕਰਨ ਦਾ ਅਧਿਕਾਰ ਨਹੀਂ ਸੀ, ਸੈਸ਼ਨ ਜੱਜ ਨੂੰ ਦੇ ਦਿੱਤਾ ਗਿਆ। ਇੱਕ ਕਚਹਿਰੀ ਤਾਂ ਕਹਿੰਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਨਕੁਆਇਰੀ ਐਡੀ ਫੂਲ ਪਰੂਫ ਹੈ ਕਿ ਉਹ ਕਤਲ ਦਾ ਮੁਕੱਦਮਾ ਦਰਜ ਕਰਦੀ ਹੈ ਦੋ ਬੰਦਿਆਂ ਦੇ ਉੱਤੇ। ਇੱਕ ਕਚਹਿਰੀ ਕਹਿੰਦੀ ਹੈ ਕਿ ਇਹ ਇਨਕੁਆਇਰੀ ਜਿਹੜੀ ਹੈ ਇਹ ਸਿਆਸਤ ਤੋਂ ਪ੍ਰਭਾਵਿਤ ਹੈ। ਦੇਖੋ ਕਚਹਿਰੀਆਂ ਦੇ ਉੱਤੇ ਜਵਾਬ ਕਰਨਾ ਜਾਂ ਕਚਹਿਰੀਆਂ ਦੇ ਉੱਤੇ ਸਵਾਲ ਕਰਨਾ ਕੋਈ ਚੰਗਾ ਨਹੀਂ ਹੁੰਦਾ ਗਾ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਕਚਹਿਰੀਆਂ 'ਚ ਹਰੇਕ ਨੂੰ ਜਾਣਾ ਪੈਂਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਚਹਿਰੀਆਂ ਜਾਣਾ ਪੈਂਦਾ। ਹਰਦੀਪ ਸਿੰਘ ਇੰਗਰਾ, ਆਪਾਂ ਡਾਈਵਰਟ ਹੋ ਰਹੇ ਹਾਂ। ਹਰਦੀਪ ਸਿੰਘ ਇੰਗਰਾ ਸਰ, ਤੁਸੀਂ ਇਹ ਵਾਅਦਾ ਕੀਤਾ ਸੀਗਾ ਕਿ ਫਾਸਟ ਟਰੈਕ ਕੋਰਟ ਰਾਹੀਂ ਮਸਲਾ ਹੱਲ ਕਰਵਾਇਆ ਜਾਊਗਾ, ਕਿਹਾ ਸੀ ਸਰ ਤੁਸੀਂ ਕਿ ਨਹੀਂ ਕਿਹਾ ਸੀ? ਦੇਖੋ ਜਦੋਂ ਇੱਕ ਵਾਰੀ ਮਸਲਾ ਕੋਰਟ ਦੇ ਵਿੱਚ ਚਲਿਆ ਜਾਂਦਾ ਹੈਗਾ, ਉਸ ਤੋਂ ਬਾਅਦ ਐਗਜ਼ੈਕਟਿਵ ਉਹਦੇ ਤੇ ਕੋਈ ਹਰਦੀਪ ਸਿੰਘ ਇੰਗਰਾ ਫਾਸਟ ਟਰੈਕ ਕੋਰਟ ਤੁਸੀਂ ਕਹੀ ਸੀ ਕਿ ਨਹੀਂ ਕਹੀ ਸੀ? ਹਰਦੀਪ ਸਿੰਘ ਇੰਗਰਾ ਸਰ, ਆਪਾਂ ਪੁਆਇੰਟ ਟੂ ਪੁਆਇੰਟ ਰਹੀਏ, ਫਾਸਟ ਟਰੈਕ ਕੋਰਟ ਕਿਹਾ ਸੀ ਕਿ ਨਹੀਂ ਕਿਹਾ ਸੀ? ਸਭ ਤੋਂ ਪਹਿਲਾਂ ਮੈਂ ਪੁਆਇੰਟ ਟੂ ਪੁਆਇੰਟ ਉਹਦੇ ਵਾਸਤੇ ਸਪੈਸ਼ਲ ਕੋਰਟਾਂ ਜਿਹੜੀਆਂ ਨੇ ਉਹ ਬਣਾਉਣੀਆਂ ਪੈਂਦੀਆਂ ਨੇ, ਉਹਦਾ ਇੱਕ ਪ੍ਰੋਸੀਜਰ ਹੁੰਦਾ। 302 ਦਾ ਮੁਕੱਦਮਾ ਜਿਹੜਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਸੈਸ਼ਨ ਕੋਲੇ ਉਹਨੂੰ ਕੇਸ ਨੂੰ ਡਾਈਵਰਟ ਕਰ ਦਿੱਤਾ, ਉਸੇ ਕਰਕੇ ਕੀਤਾ ਕਿ 302 ਦਾ ਮੁਕੱਦਮਾ ਉਹਦੇ 'ਚ ਬਣਦਾ। ਅਸੀਂ ਤਾਂ ਨਹੀਂ ਬਣਾਇਆ ਮੁਕੱਦਮਾ, ਉਹ ਤਾਂ ਕਚਹਿਰੀ ਨੇ ਬਣਾਇਆ ਹੈਗਾ ਸਰ। ਕੁੰਵਰ ਨੇ ਬਣਾਇਆ ਮੁਕੱਦਮਾ ਸਰ, ਕੁੰਵਰ ਵਿਜੇ ਪ੍ਰਤਾਪ ਨੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਕੇਂਦਰ ਸਾਹਿਬ ਜਿਹੜੇ ਸਬੂਤ ਇਕੱਠੇ ਕੀਤੇ ਸੀ ਤੁਹਾਡੇ ਵਕੀਲਾਂ ਦੀ ਟੀਮ ਉਹਨਾਂ ਸਬੂਤਾਂ ਦੇ ਬਿਹਾਫ ਤੇ ਕੇਸ ਲੜ ਨਹੀਂ ਸਕੀ। ਦੇਖੋ ਮੈਂ ਤੁਹਾਨੂੰ ਇੱਕ ਦੱਸਦਾਗਾ ਕਿ ਜੁਡੀਸ਼ੀਅਲ ਪ੍ਰੋਟੈਕਸ਼ਨ ਐਕਟ ਹੈ ਇੱਕ ਪੰਜਾਬ ਦੇ ਵਿੱਚ ਕੀ ਸਾਰੇ ਭਾਰਤ ਦੇ ਵਿੱਚ, ਜੁਡੀਸ਼ੀਅਲ ਆਫੀਸਰ ਪ੍ਰੋਟੈਕਸ਼ਨ ਐਕਟ। ਜੁਡੀਸ਼ਰੀ ਕੋਈ ਵੀ ਫੈਸਲਾ ਦੇ ਸਕਦੀ ਹੈ, ਉਹ ਜ਼ਰੂਰੀ ਨਹੀਂ ਹੈ ਕਿ ਇਨਸਾਫ ਹੋਵੇ, ਉਹ ਫੈਸਲਾ ਹੁੰਦਾ ਹੈਗਾ। ਇਸੇ ਕਰਕੇ ਉਹਦੀ ਅਪੀਲ ਜਿਹੜੀ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਹਿਤਾ ਕਿ ਇਹਦੀ ਅਸੀਂ ਅਪੀਲ ਜਿਹੜੀ ਹੈ ਉਹ ਸੁਪਰੀਮ ਕੋਰਟ 'ਚ ਕਰਾਂਗੇ। ਸਰ ਇੱਥੇ ਡਬਲ ਬੈਂਚ ਕੋਲੇ ਨਹੀਂ ਜਾਇਆ ਜਾ ਸਕਦਾ? ਹਰਦੀਪ ਸਿੰਘ ਇੰਗਰਾ, ਹਾਈਕੋਰਟ ਦੀ ਡਬਲ ਬੈਂਚ ਕੋਲੇ ਨਹੀਂ ਜਾਇਆ ਜਾ ਸਕਦਾ? ਦੇਖੋ ਜੇ ਇਹ ਤਾਂ ਅਦਾਲਤਾਂ ਦੇ ਵਿੱਚ ਪਤਾ ਲੱਗੇਗਾ ਕਿ ਹਾਈਕੋਰਟ ਦੇ ਅਸੀਂ ਫੁੱਲ ਬੈਂਚ 'ਚ ਅਪੀਲ ਕਰਦੇ, ਅਸੀਂ ਅਪੀਲ ਕਰਾਂਗੇ। ਕਿੰਗਰਾ ਸਾਹਿਬ ਤੁਸੀਂ ਗੋਲਮੋਲ ਚੱਲਦੇ ਪਏ ਹੋ, ਪਤਾ ਨਹੀਂ ਕਿਉਂ ਚੱਲਦੇ ਪਏ ਹੋ। ਪ੍ਰਸਮਜੀਤ ਸਿੰਘ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਮੈਂ ਇੱਕ ਮਿੰਟ ਕਿੰਗਰਾ ਸਾਹਿਬ ਪਲੀਜ਼ ਆ ਰਿਹਾ, ਮੈਂ ਤਿੰਨਾਂ ਪਾਰਟੀਆਂ ਦੇ ਸਰ ਮੈਂ ਬਿਆਨ ਸੁਣ ਲਿਆ। ਪ੍ਰਸਮਜੀਤ ਸਿੰਘ ਸਰ, ਇੱਕ ਦੂਜੇ 'ਤੇ ਇਲਜ਼ਾਮ ਲਾਉਣ ਤੋਂ ਇਲਾਵਾ ਮੈਨੂੰ ਨਹੀਂ ਸਮਝ ਆਈ ਕਿ ਪ੍ਰਸਮਜੀਤ ਸਿੰਘ ਕੋਈ ਸੰਜੀਦਾ ਹੈਗਾ ਇਸ ਮੁੱਦੇ 'ਤੇ।
ਦੇਖੋ ਜਿੱਥੇ ਸਿੱਖ ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਨਵੋਲਵਡ ਸੀਗੇ, ਸਿੱਖ ਧਰਮ ਸੈਂਟੀਮੈਂਟਸ ਇਨਵੋਲਵਡ ਸੀ। ਮੈਨੂੰ ਪਤਾ ਚੱਬੇ 'ਚ ਜਿੱਡੀ ਵੱਡੀ ਰੈਲੀ, ਲੋਕਾਂ ਦੀ ਰੋਸ਼ ਰੈਲੀ ਹੋਈ ਸੀ, ਮੈਂ ਉਹਦੇ ਵਿੱਚ ਉੱਥੇ ਦੇਖਣ ਲਈ ਗਿਆ ਸੀਗਾ। ਅਤੇ ਉੱਥੋਂ ਇਹ ਲੱਗਦਾ ਹੀ ਸੀਗਾ ਕਿ ਇਹ ਮਾਮਲਾ ਜਿੱਡਾ ਗੰਭੀਰ ਸੀ, ਅਕਾਲੀ ਦਲ ਨੇ ਉਸਨੂੰ ਉਸ ਤਰ੍ਹਾਂ ਨਹੀਂ ਲਿਆ। ਅਕਾਲੀ ਦਲ ਨੇ ਉਸਨੂੰ ਇੱਧਰ ਉੱਧਰ ਜਿਵੇਂ ਕਹਿੰਦੇ ਆ ਬ੍ਰਸ਼ਿੰਗ ਅੰਡਰ ਦਾ ਕਾਰਪੇਟ, ਕਿ ਚਲੋ ਸਰਕਾਰ ਆ ਇੱਧਰਾਂ ਕੋਈ ਮਾੜੀ ਮੋਟੀ ਇਨਕੁਆਇਰੀ ਕਰਾ ਕੇ, ਖੱਟੜੇ ਦੀ ਇਨਕੁਆਇਰੀ ਕਰਾ ਕੇ। ਉਸੇ ਖੱਟੜੇ ਦੀ ਇਨਕੁਆਇਰੀ ਦੀ ਮਗਰੋਂ ਬੜੀ ਤਾਰੀਫ ਵੀ ਕੀਤੀ ਹੈ ਰਣਜੀਤ ਸਿੰਘ ਕਮਿਸ਼ਨ ਨੇ। ਅਤੇ ਲੋਕਾਂ ਨੂੰ ਇੰਝ ਲੱਗਾ ਕਿ ਨਹੀਂ 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 ਅਕਾਲੀ ਦਲ ਨੇ ਜੋ ਕਰਨਾ ਚਾਹੀਦਾ ਸੀਗਾ ਉਹ ਨਹੀਂ ਕੀਤਾ, ਅਤੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਹੈ। ਤੁਸੀਂ ਦੇਖ ਲਓ, ਇਹ ਵਿਰਸਾ ਸਿੰਘ ਬਲਟੂਆ ਹੁਣੀ ਮੰਨਦੇ ਇਸ ਗੱਲ ਨੂੰ ਕਿ ਸਾਨੂੰ ਉਸ ਗੱਲ ਦੀ ਸਜ਼ਾ ਮਿਲੀ ਹੈ। ਉਦੋਂ ਅਗਲਾ ਸਵਾਲ ਸੀ ਕਿ ਜਿੱਡੀਆਂ ਵੱਡੀਆਂ ਉਮੀਦਾਂ ਕਾਂਗਰਸ ਨੇ ਦਵਾਈਆਂ, ਕੈਪਟਨ ਸਾਹਿਬ ਨੇ ਖੁਦ ਦਵਾਈਆਂ, ਉਹ ਉਮੀਦਾਂ ਦੇ ਤੇ ਬਿਲਕੁਲ ਨੇੜੇ ਤੇੜੇ ਹੀ ਨਹੀਂ ਉਤਰੇ ਹੈਗੇ। ਮੈਂ ਇਸੇ ਮਸਲੇ ਤੇ ਰਹਿੰਦਾ ਆ, ਅਦਰਵਾਈਜ਼ ਮਸਲੇ ਬਹੁਤ ਆ, ਕਈਆਂ ਗੱਲਾਂ ਦਾ ਤੇ ਪੈਸੇ ਨਾਲ ਮਾਮਲਾ। ਵਿਰਸਾ ਸਿੰਘ ਬਲਟੂਆ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਪੌੜੀਆਂ ਚੜ੍ਹਨੀਆਂ ਸੀਗੀਆਂ, ਇੱਕ ਨਾਲ ਉਹ ਕਹਿੰਦੇ ਆ ਕਿ ਸਿੱਟ ਤੇ ਬਾਕੀ ਮੈਂਬਰ ਹੈ, ਕੁੰਵਰ ਵਿਜੇ ਪ੍ਰਤਾਪ ਨਾਲ ਪਾਸੇ ਸੀਗੇ, ਨਾਰਾਜ਼ ਸੀਗੇ ਕਿ ਆਪਦੀ ਮਰਜ਼ੀ ਕਰਦਾ ਹੈ ਅਫਸਰ। ਰਸਮਜੀਤ ਸਿੰਘ, ਤੁਸੀਂ ਕੁੰਵਰ ਵਿਜੇ ਪ੍ਰਤਾਪ ਨੂੰ ਬਹੁਤ ਨੇੜਿਓ ਜਾਣਦੇ ਹੋ, ਇਹਨਾਂ ਦੋਨਾਂ ਦੇ ਇਲਜ਼ਾਮ, ਇਹਦੇ ਦੋ ਇਲਜ਼ਾਮਾਂ ਵਿੱਚ ਦਮ ਹੈਗਾ ਬਲਟੂਆ ਸਾਹਿਬ ਦੇ? ਨਹੀਂ ਨਹੀਂ ਨਹੀਂ, ਮੈਂ ਫਿਰ ਸਿੱਧਾ ਹੀ ਜਵਾਬ ਦਿੰਦਾ ਹਾਂ ਕਿ ਇਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਨਹੀਂ ਠੀਕ ਲੱਗਾ, ਇਹਨਾਂ ਨੂੰ ਰਣਜੀਤ ਸਿੰਘ ਕਮਿਸ਼ਨ ਵੀ ਨਹੀਂ ਠੀਕ ਲੱਗਾ। ਲੱਗਦਾ ਸੀ ਸਰਕਾਰ ਜਾਂ ਉਹਦੇ ਵੀ ਵਿਰੁੱਧ, ਤੁਹਾਨੂੰ ਪਤਾ ਹੀ ਹੈ ਜਿਵੇਂ ਰਿਜੈਕਸ਼ਨ ਕੀਤੀ ਸੀ ਸਾਰੀ ਰਿਪੋਰਟ ਨੂੰ, ਕਿਹਾ ਸੀਗਾ ਕਿ ਇਹ ਫਰਾਡ ਹੈਗਾ ਆ ਜਾਂ ਉਹ ਕੋਈ ਵੀ ਉਹਦੇ 'ਚ ਹੈ ਨਹੀਂ, ਇਹ ਰਾਜਨੀਤਿਕ ਤੌਰ 'ਤੇ ਲਿਖੀ ਗਈ ਹੈ। ਹੁਣ ਜਦੋਂ ਆਪਣੇ ਇਹਦੇ 'ਚ ਇਹ ਫਿਰ ਖੁਦ ਵੀ ਸਾਡੀਆਂ ਸਾਰੀਆਂ ਹੀ ਪਾਰਟੀਆਂ ਨੂੰ, ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਉਹਨਾਂ ਨੇ ਬਿਊਰੋਕਰੇਸੀ ਦਾ ਔਰ ਪੁਲਿਸ ਦੀ ਕਿਵੇਂ ਪ੍ਰਭਾਵਿਤ ਕੀਤਾ ਹੋਇਆ ਇਹਨਾਂ ਨੇ, ਪਾਰਟੀਆਂ ਨੇ, ਆਹ ਮੇਰਾ ਬੰਦਾ, ਆਹ ਮੇਰਾ ਬੰਦਾ, ਇਹਨੂੰ ਉੱਥੇ ਲਾ ਦਿਓ, ਇਹਨੂੰ ਉੱਥੇ ਲਾ ਦਿਓ, ਤਾਂ ਕਿ ਆਪਣੇ ਕੰਮ ਜਿਹੜੇ ਆ ਜਾਇਜ਼ ਨਜਾਇਜ਼ ਸਾਰੇ ਕਰਾਉਂਦੇ ਆ। ਇਹ ਸਾਰਿਆਂ ਦੇ ਸਾਹਮਣੇ ਉਹ ਬਿਊਰੋਕਰੇਸੀ ਨੂੰ ਵੀ ਇੰਝ ਵੰਡ ਕੇ ਰੱਖਤਾ ਤੇ ਪੁਲਿਸ ਫੋਰਸ ਨੂੰ ਵੀ, ਜਦੋਂ ਫਿਰ ਉਹ ਆਪਣੇ ਤੇ ਪੈਂਦਾ ਫਿਰ ਸਾਨੂੰ ਸਾਰਿਆਂ ਨੂੰ ਲੱਗਦਾ ਕਿ ਆਹ ਕੀ ਹੋ ਗਿਆ, ਮੇਰੇ ਮਤਲਬ ਦਾ ਤੇ ਕੰਮ ਨਹੀਂ ਹੋਇਆ, ਜੋ ਮੈਂ ਚਾਹੁੰਦਾ ਸੀਗਾ ਇਹ ਤਾਂ ਕੁਛ ਹੋਰ ਕਰਤਾ। ਜਿੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਆ, ਮੇਰਾ ਖਿਆਲ ਨਹੀਂ ਹੈ ਕਿ ਉਹਦੇ ਕੋਈ ਕਿਸੇ ਵੀ ਕਿਸਮ ਦੇ ਕ੍ਰੈਡੈਂਸ਼ੀਅਲ ਮਾੜੇ ਹੈਗੇ ਆ। ਇਹ ਇੱਕ ਵੱਡਾ ਤਮਾਚਾ ਇਸ ਸਰਕਾਰ ਦੇ ਮੂੰਹ ਤੇ ਆ, ਮੈਂ ਕਿਸੇ ਦੇ ਇੰਡੀਵਿਜੂਅਲ ਦੇ ਨਹੀਂ ਕਹਿ ਰਿਹਾ, ਇਹ ਜਿਹੜੀ ਹੋਣ ਵਾਲੀ ਸਰਕਾਰ ਆ ਉਸ ਨੂੰ ਉਸ ਟੀਮ ਤੋਂ ਬਾਹਰ ਕਰਨਾ ਔਰ ਇਹਨਾਂ ਨੂੰ ਕਹਿ ਦੇਣਾ ਕਿ ਇਹ ਰਿਸਿਪਟ ਨੂੰ ਕੈਂਸਲ ਕਰੋ, ਇਸ ਨੂੰ ਖਤਮ ਕਰੋ ਔਰ ਦੁਬਾਰਾ SIT ਬਣਾਓ। ਇਹਦਾ ਮਤਲਬ ਤਾਂ ਸਾਰੀ ਬਣੀ ਬਣਾਤੀ ਪਲਾਨ ਜੋ ਲੋਕ ਮਹਿਸੂਸ ਕਰ ਰਹੇ ਸੀਗੇ ਕਿ ਇਹਨਾਂ ਨੇ ਇਲੈਕਸ਼ਨ ਦੇ ਨੇੜੇ ਜਾ ਕੇ ਭਾਂਡਾ ਫੋੜਨਾ ਆ ਤੇ ਫਿਰ ਆ ਉਹਦਾ ਰਾਜਨੀਤਿਕ ਲਾਹਾ ਲੈਣਾ, ਉਸ ਕਿਸਮ ਦੀ ਜੇ ਤੁਸੀਂ ਰਾਜਨੀਤੀ ਚ ਚਲੇ ਗਏ ਤੇ ਲੋਕਾਂ ਨੂੰ ਇਨਸਾਫ਼ ਕਦੋਂ ਮਿਲੂਗਾ? ਲੋਕ ਇੰਤਜ਼ਾਰ ਕਰਦੇ ਰਹੇ ਕਿ ਅੱਜ ਹੋਊ ਕੱਲ ਹੋਊ। ਔਰ ਕੁੰਵਰ ਵਿਜੇ ਪ੍ਰਤਾਪ, ਮੈਂ ਤੁਹਾਨੂੰ ਇਹ ਦੱਸ ਦਿਆਂ, ਪਿਛਲੇ ਸਾਲ ਗੱਲ ਹੋਈ ਸੀ, ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀਗੀ, ਅੱਜ ਤੋਂ ਸਵਾ ਸਾਲ ਪਹਿਲਾਂ ਰਿਪੋਰਟ ਤਿਆਰ ਕਰੀ ਬੈਠੇ ਆ। ਇਹਨਾਂ ਨੇ ਕਿਉਂ ਨੀ ਐਕਸ਼ਨ ਕੀਤਾ? ਵੀ ਕਿਹੜੀ ਚੀਜ਼ ਦੀ ਵੇਟ ਕਰ ਰਹੇ ਸੀਗੇ ਕਾਂਗਰਸੀ ਇੱਥੇ ਬੈਠੇ? ਬਹੁਤ ਮਹੱਤਵਪੂਰਨ ਸਵਾਲ ਹੈ। ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਇਸ ਵਕਤ ਕਿਸਾਨ ਸੰਘਰਸ਼ ਚੱਲਦਾ ਪਿਆ, ਉਸ ਵਿਚਾਲੇ ਇਹ ਮਾਮਲਾ ਲਾਈਮਲਾਈਟ ਵਿੱਚ ਫਿਰ ਆ ਰਿਹਾ, 2022 ਹੈ ਜਿਹੜਾ ਉਹ ਲਗਾਤਾਰ ਆ ਰਿਹਾ। ਕਿਸਾਨ ਸੰਘਰਸ਼ ਨਾਲ ਇਸ ਮਾਮਲੇ ਦਾ ਕੋਈ ਕਨੈਕਸ਼ਨ ਤਾਂ ਨਹੀਂ ਹੈਗਾ, 2022 ਨਾਲ ਕੋਈ ਕਨੈਕਸ਼ਨ ਤਾਂ ਨਹੀਂ ਹੈਗਾ, ਸਾਰੇ ਸਵਾਲ ਹੁਣੇ ਲਾਜ਼ਮੀ ਆ। ਵਾਪਸ ਆ ਰਹੇ, ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ, 6 ਸਾਲ ਬਾਅਦ ਵੀ ਬੇਅਦਬੀ ਨਾਲ ਜੁੜੇ ਮਾਮਲੇ ਦੇ ਹੱਲ ਵਿੱਚ ਸਰਕਾਰਾਂ ਨਾਕਾਮ ਕਿਉਂ? ਵਿਰਸਾ ਸਿੰਘ ਬਲਟੂਆ, ਸਰ ਇਸ ਮਾਮਲੇ ਵਿੱਚ ਤੁਸੀਂ ਕਹਿ ਰਹੇ ਹੋ ਕਿ SIT ਦੀ ਜਾਂਚ ਜਿਹੜੀ ਹਾਈ ਕੋਰਟ ਨੇ ਉਹਦਾ ਖੁਲਾਸਾ ਕਰ ਦਿੱਤਾ, ਦੱਸ ਦਿੱਤਾ। ਬਲਟੂਆ ਸਾਹਿਬ, ਜੇ ਸਰ ਤੁਸੀਂ ਇੱਕ ਬਤੌਰ ਨਾਗਰਿਕ ਜੇ ਤੁਸੀਂ ਗੱਲ ਕਹਿਣੀ ਹੋਵੇ ਤਾਂ ਇਹ ਕਿੱਥੇ ਜਾ ਕੇ ਚੈਲੇਂਜ ਕਰਨਾ ਚਾਹੀਦਾ ਸਰ ਇਸ ਕੇਸ ਨੂੰ, ਹਾਈ ਕੋਰਟ ਵਿੱਚ ਜਾਂ ਸੁਪਰੀਮ ਕੋਰਟ ਵਿੱਚ? ਦੇਖੋ, ਇਹ ਤਾਂ ਸਰਕਾਰ ਦਾ ਅਧਿਕਾਰ ਹੈ, ਅਸੀਂ ਤਾਂ ਜੋ ਹਾਈ ਕੋਰਟ ਨੇ ਡਿਸੀਜਨ ਦਿੱਤਾ ਆ ਅਸੀਂ ਤਾਂ ਸ਼ੁਰੂ ਤੋਂ ਇਹੀ ਕਹਿੰਦੇ ਆਉਂਦੇ ਹਾਂ ਕਿ ਜਾਂਚ ਹੋਣੀ ਚਾਹੀਦੀ ਆ, ਸਿਆਸਤ ਨਹੀਂ ਹੋਣੀ ਚਾਹੀਦੀ। ਹੁਣ ਅਸੀਂ ਨਹੀਂ ਕਹਿੰਦੇ, ਮੈਂ ਫਿਰ ਵਾਰ ਵਾਰ ਉਸੇ ਗੱਲ 'ਤੇ ਆਊਂਗਾ ਕਿ ਜਿਹੜੇ ADGP ਇਹਦੇ ਹੈੱਡ ਬਣਾਏ ਗਏ ਸੀ ਔਰ ਦੋ ਮੈਂਬਰ ਸਾਹਿਬਾਨ, ਉਹਨਾਂ ਤਿੰਨਾਂ ਜਣਿਆਂ ਕਹਿਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਮਨ ਮਰਜ਼ੀ ਕਰ ਰਹੇ ਆ, ਨਿਰਪੱਖ ਜਾਂਚ ਨਹੀਂ ਕਰ ਰਹੇ, ਸਾਇਲੈਂਟ ਹੋਏ ਕਿ ਨਹੀਂ ਹੋਏ, ਪਾਸੇ ਹੋਏ ਕਿ ਨਹੀਂ ਹੋਏ, ਉਹਨਾਂ ਨੇ ਆਖਿਆ ਕਿ ਨਹੀਂ ਆਖਿਆ, ਜੇ ਉਹਨਾਂ ਨੇ ਕਹਿਤਾ ਤੇ ਫਿਰ ਤੁਸੀਂ ਕਿਵੇਂ ਇੱਕ ਆਫੀਸਰ ਕੋਲੋਂ ਇਹ ਆਸ ਰੱਖ ਸਕਦੇ? ਫਿਰ ਦੂਸਰੀ ਗੱਲ ਜਿਹੜੀ ਹੈ KP ਜੀ, ਵੱਡੇ ਤੋਂ ਵੱਡੇ ਕੇਸ 'ਚ SIT ਬਣੇ, ਛੋਟੇ ਤੋਂ ਛੋਟੇ ਕੇਸ 'ਚ, ਇੱਥੋਂ ਤੱਕ 326 'ਚ ਵੀ ਬਣੇ, ਤੇ ਜਿੰਨਾ ਮੈਂਬਰਾਂ ਦੀ ਸਿੱਟ ਬਣਾਈ ਜਾਂਦੀ ਆ ਜਾਂਚ ਰਿਪੋਰਟ ਤੇ ਵੀ ਸਾਰਿਆਂ ਦੇ ਦਸਖਤ ਹੁੰਦੇ ਆ, ਤੇ ਜਦੋਂ ਚਲਾਨ 2 ਕੋਟ ਹੁੰਦਾ ਆ
अदालत च पेश हुंदा है ते सारे मैंबरां दे दस्तखत जरूरी है, निजम है। इत्थे कुंवर विजय प्रताप सिंह चक के थैला तुर पैंदे सीगे, जो मर्जी लिख के तुन के बना के पोर्टल नूं तुर पैंदे सीगे। हुण इह किंगरा साहब कहिंदे आ जी कोर्ट च भेजा गया जी, उन्होंने कहता जी 302 आ जी, इह उपर लिख के कोर्ट च भेजा जावे, ते इह ते है ही है। चलान हमेशा लोअर कोर्ट च पेश हुंदा आ, जिहड़ा जिहड़ियां धारावां ने उहदे मुताबिक जिहड़ा आ लोअर कोर्ट च चलान चलदा है, जां फिर उपरली सैशन कोर्ट जांदा है। ते जिथे 302 लगी होगी जिस एफ आई आर च, वह कुदरती के सैशन कोर्ट च ट्रायल होगा। आपां गल्लां नूं इवें घुमाई जांदे आ। मेरी भी हथ बन के बेनती है, मैनूं इस गल का जवाब दे दिओ कि चार मैंबरी सैट बनी सी, तिना मैंबर ने कुंवर विजय प्रताप उत्ते उंगल चुकी कि नहीं चुकी, और हाईकोर्ट ने किसी नुकते पर सवाल नहीं उठाया कि इत इत गलत है। उन्होंने समुची जांच के उत्ते कहा कि सियासत तो प्रभावित है, यह बायस है, ये निरपक्ष नहीं। और उन्होंने कहा जो नवी सैट भी बनानी है वो कुंवर विजय प्रताप नहीं चाहिए, एडा एडी वड्डी टिप्पणी की हो कोर्ट ने, तो आप फिर जी वो बड़ा जी गुरु गोबिंद सिंह जी मानता जी साढ़े जज्बात ना खेलता है, साढ़े जज्बात सियासत करना चाहता है, वो मन की है कि थोड़ा मिटे है कि गुरु गोबिंद सिंह जी मानता है सिखा के वंडिया पा के सिखा तबाह करके सिखा लड़ा के यह बंदा पंजाब की विधानसभा दिन अमरिंदर सिंह ने बनाई हुई सीट के तीन मैंबर पासे हो जान, कला अधिकार लैके केड़े निजम ने केड़े अधिकार ने केड़ा कानून कहिंदा है कि कला बंदा चलान पेश कर सकता है, कला बंदा जांच कर सकता है। कैप्टन अमरिंदर सिंह इशारे ते चलदे सी खदशा पटाया जा प्रगटाया जा रहा है कि किसान संघर्ष नूं ली तो लाउण दे लई तुसीं इस मुद्दे दे उत्ते सियासत करदे पए हो। हरदीप सिंह किंगरा सर, इसका कोई जवाब दे सकते हो तुसीं? देखो के पी, मैं बहुत बारी पहला इस मुद्दे के उत्ते तुहाडे चैनल से भी बाकी चैनलों से भी ये कहा है, तो कई सियासी जिहड़े हस्तियां उन्होंने भी किया है, जिहड़ा भी पंजाब दा सियासतदान या जिहड़ी भी पार्टी साहिब श्री गुरु ग्रंथ साहब की बेअदबी के उत्ते या उहदी रिपोर्ट के उत्ते कोटकपुरा बहबल कलां दे विच चली गोली के उत्ते सियासत करेगी उहदा कख नहीं रहना। यह मैं भी कहना गा देखो मैं तुहानू पहला भी कह चुका, अदालत ने जिम्मे बलटोआ साहब ने कहा 302 का चलान पेश नहीं सी होया सैनी ते उमरा नंगल दे अगेंस्ट, लेकिन कचहरी ने 302 बनाई है। सर तुसी तां कहिंदे सी सर किंगरा साहब, तुसी तां कहिंदे सर, तुसी तां सर कहिंदे बादलां नूं अंदर देना सर, हुण तुसी सर सैनी ते उमरा नंगल तों अगे नहीं वधदे पए। देखो तुसी असी क्यों कहिए किसे नूं अंदर देना सर, कहिंदे रहे हो तुसी, साफ दी गल तुहाडे लीडर सर इत्थे बैठ के कहिंदे रहे है। केड़े केड़े लीडर कहिंदे रहे है? उहनां नूं ना तां कानून दी समझ होणी है, ना उहनां नूं इनकुआरियां दी समझ होणी है। कदे तुसी इनकुआरी तों पहलां कह सकदे हो फलाने नूं फड़ के अंदर देणा हैगा, शमूलियत जे इनक्वायरी दे विच साबित हुंदा है ते बादल परिवार नूं अंदर दित्ता जावेगा, पर पहला नहीं कह जा सकदा इनक्वायरी तो। चलो ठीक है, फलाने नूं फड़ के अंदर देना साडा वादा है लोकां नाल, इहो जिहा वादा ना तां कांग्रेस ने कीता ते ना ही तुसीं कह सकदे हो कांग्रेस इहो जिहा वादा करेगी। ठीक ठीक है सर, नशे ते लक तोड़ना ਇਹ ਕਿਹਾ ਸੀ ਤੁਸੀਂ? ਵਾਦਾ ਇਹ ਸੀਗਾ ਕਿ ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ, ਤੁਸੀਂ ਛੱਡਾਂਗੇ ਨਹੀਂ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਬੰਦੇ ਨੂੰ ਛੱਡਾਂਗੇ। ਬਿਲਕੁਲ ਠੀਕ ਹੈ ਸਰ। ਪ੍ਰੋਫੈਸਰ ਮਨਜੀਤ ਸਿੰਘ ਸਰ, 4 ਸਾਲਾਂ ਦੇ ਵਿੱਚ ਇਸ ਸਰਕਾਰ ਦੇ, ਵੈਸੇ ਤਾਂ ਮਾਮਲਾ 6 ਸਾਲ ਹੋ ਗਿਆ, 4 ਸਾਲਾਂ ਦੇ ਵਿੱਚ 6 ਸਾਲ ਤਕਰੀਬਨ ਹੋ ਚੱਲੇ ਆ, 4 ਸਾਲਾਂ ਦੇ ਵਿੱਚ ਮਾਮਲਾ ਇੱਥੋਂ ਤੱਕ ਪਹੁੰਚਿਆ ਕਿ ਐਸਆਈਟੀ ਨੂੰ ਝਟਕਾ ਲੱਗ ਜਾਂਦਾ। ਪ੍ਰੋਫੈਸਰ ਮਨਜੀਤ ਸਿੰਘ, 2022 ਦੀਆਂ ਚੋਣਾਂ ਹੁਣ ਆ ਜਾਣਗੀਆਂ ਸਰ, ਇਸ ਮਾਮਲੇ ਤੇ ਫਿਰ ਰਾਜਨੀਤੀ ਹੋਊਗੀ, ਕਿਸਾਨ ਦੀ ਗੱਲ ਹੈ ਫਿਰ ਪਿੱਛੇ ਚਲੀ ਜਾਊਗੀ। ਪ੍ਰੋਫੈਸਰ ਮਨਜੀਤ ਸਿੰਘ, ਇਸ ਨੂੰ ਇਸ ਤਰੀਕੇ ਸਮਝਿਆ ਜਾਵੇ ਜਾਂ ਨਾ?
देखो किसानों का मामला तो रहूगा ही, वह किसान जे अलग करना चाहे साइड ट्रैक करना चाहे तो किसान खुद भी इन्ने सशक्त है गया तो वह सेंटर च लै आए। जिस तरीके उन्होंने पहला ही इन्हों पोलीटिकल पार्टियां दरकिनार करके अपनी मूवमेंट चलाई है, वह तो बेभरोसगी तो है ही है कि राजनीतिक पार्टियां साढ़े प्लेटफार्मां अपने राजनीति लिए वरत दियां साड़ियां मंगां जां साढ़े इशूज़ नूं ते कोई उहदे च बहुता फायदा नहीं हुंदा। यही कारण है ना कि उन्होंने लागे नहीं लगन दिता। जे हुण भी पार्टियां अपनी राजनीति करनगियां उन्होंने नहीं सुनगियां तो वोटां ते एक वड्डा सैक्शन उन्होंने कोल है ही है पंजाब दा जिहड़ा कि उह प्रभावित करनगे। इसलिए ये तो इन्हां नूं अपने हित च है कि उन्हां नूं दरकिनार उन्हां दियां मंगां नूं ना करन ते सिर्फ उस किस्म दी सियासत तू तू मैं मैं वाली ना करन। प्रसम जी सर तुहानूं लगदा है कि डीरेल कर रहे आ किसान संघर्ष नूं? मैं सर बड़ा सीधा सवाल कर रहा हूं प्रसमजीत सिंह तुहानू की दोबारा क्यों किसान संघर्ष नूं डीरेल तां नहीं कर रहे है? नहीं इस तरह नहीं है, पर ये मुद्दा ही एडा वड्डा आ, मुद्दा एक ते छोटा सीगा। इस मुद्दे दे उत्ते जिन्हों अकाली दल कहिंदे आ बिल्कुल कॉर्नर ते चला गया थले, मेरा ख्याल इन्नियां कदी सीटां उन्हां नूं कदी उन्हां दी जिंदगी च घट नहीं आईयां होणियां जिन्नियां इन्नियां जिन्हों पंजाबी च कहिंदे मांझिया गया। हुण इन्हां ने इसे ही मुद्दे दे उत्ते कांग्रेस ने अपने आप नूं मांझण दा साधन तैयार कर लिया है। लोकी कितें इहनूं माफ थोड़ी करनगे, कौन इस गल नूं? जाणी कुंवर विजय प्रताप सिंह जिस नूं एक एडा वधिया ऑफिसर अज भी कह रहे आ किंगरा साहब उहनूं मन्निया जांदा सीगा, उस नूं उहदी गल नूं मन के वेले सिर सारा कुछ चलान चलून पेश करके उह सिरे लाउण दी जगह तुसीं इंतजार किहड़ी गल दे करदे रहे? चार साल भी चार साल कितें थोड़ा पीरियड हुंदा। तुसीं उही वड्डी गलती कीती जिहड़ी अकाली दल ने किसे वेले कीती, भावें उहनां दा एक साल दा पीरियड सी, तुसीं उह गलती चार साल कीती। इस करके लोग इस नूं समझ रहे आ लोग। अच्छा दूसरी गल सब तों वड्डा जिहड़ी दिक्कत वाली गल आ इहो जिही, समेत सिंह सैणी 20 साल हो गए आ ना पुलिस दे राही पुलिस नूं फड़ के जां कोर्टां राही सिरे कहानी लाउणी जिन्हां ने खुद अपने विरुद्ध अपने साथियों विरुद्ध केस तैयार करने जो कुछ उन्होंने कीता लोकां नूं जग जा रहा, लोक नहीं माफ करनगे। पर जो इन्हां ने करना सी पुलिस दे राही पुलिस नूं करवाउणा सी, मेरा ख्याल कुंवर विजय प्रताप सिंह तों ज्यादा फिट बंदा नहीं सी कोई, पर नहीं कीता। हुण जदों हुण फियास्को हो गई है हुण अपने अक्की पलाई सुप्रीम कोर्ट जाणगे देखणगे जद नूं वोटां चोणां निकल लैणगे। ठीक है कुलतार संधवा सर, तुसीं कह रहे हो ये हाई कोर्ट का फैसला घट लगता है, कैप्टन अमरिंदर सिंह ते प्रकाश सिंह बाल दे आपसी गठजोड़ का फैसला ज़्यादा लगता है, सर इहदा मतलब की है? कुलतार संधवा सर इहनूं प्रूफ किवें करोगे तुसीं? कुलतार संधवा मेरी आवाज़ आ रही है? मैं लगता कोटपुरा तक मेरी आवाज़ नहीं पहुँचती पी। एक छोटा ब्रेक लवेंगे, ब्रेक तो वापस आवेंगे कैप्टन बादल अगे एस आई टी वाले किहड़े सवाल बाकी है, कुंवर विजय प्रताप से सारी उंगल क्यों चुकी जा रही है? वापस आ रहे जी, वड्डा सवाल इको पुछ रहे हैं कि 6 साल बाद भी बेअदबी नाल जुड़े मामले के हाल में सरकार नाकाम क्यों? कुलतार संधवा मैं पिछले सैगमेंट में भी तुहानू सवाल कर रहा सीगा, हुण फिर कर रहे हैं। तुसीं कहा हाई कोर्ट का फैसला घट लगता है, कैप्टन ते प्रकाश सिंह बाल दे आपसी गठजोड़ का फैसला ज़्यादा लगता है, सर कोई प्रूफ हैगा जां तुसीं हर कोई कहने मिले हुए हैं जी? देखो अजे मतलब कोर्ट ने जिहड़ी मतलब जिहड़ी जजमेंट अजे पूरी मसौदी टाइप करके दित्ती नहीं होणी, ते पहलां ताड़ियां मारन लग पए सी इह हरजीत सिंह किंगरा कुंवर विजय प्रताप नूं तुसी पासे कर दिता है, आम आदमी पार्टी कह रही है सारे की कन्फर्मेशन दे दो, जबकि कैप्टन अमरिंदर सिंह का बयान है मेरे को कि कुंवर विजय प्रताप दे नाल खड़े है। आम आदमी पार्टी का जिहड़ा सोर्स ऑफ इनफॉर्मेशन है वह कुलतार संधवा ज्यादा जानते हैं, इन्हों की कोई हॉटलाइन होनी है कोर्ट कचहरियों के नाल भी? मैं पार्टी के रहांगा ये तो जो मर्जी बोल सकते हैं, भगवंत मान नूं तां वर्बल डायरी जो मर्जी बोल दिंदा। फिर सर सच कौन बोलता पाया?
ਭਾਈ ਸੱਚ ਤਾਂ ਕੋਰਟ ਕਚਹਿਰੀ ਦਾ ਫੈਸਲਾ ਪੜ੍ਹ ਕੇ ਪਤਾ ਲੱਗੂਗਾ ਵੀ ਕੀ ਉਹਨਾਂ ਨੇ ਕਿਹਾ ਕੀ ਨਹੀਂ ਕਿਹਾ, ਕਿਉਂਕਿ ਉੱਥੇ ਜਿਹੜਾ ਆਰਗੂਮੈਂਟ ਹੁੰਦਾ ਉਹਦਾ ਵੀ ਮੈਂਸ਼ਨ ਕੀਤਾ ਹੁੰਦਾ ਹੈਗਾ, ਵੀ ਫਲਾਣੇ ਵਕੀਲ ਨੇ ਆਰਗੂਮੈਂਟ ਦਿੱਤਾ ਜਾਂ ਨਹੀਂ ਦਿੱਤਾ। ਤਾਂ ਬਿਲਕੁਲ ਤੁਸੀਂ ਫੈਸਲਾ ਪੜੋਗੇ। ਚਲੋ ਤੁਹਾਡੀ ਗੱਲ ਮੰਨ ਕੇ ਤੁਰਦੇ ਹਾਂ ਹਰਦੀਪ ਸਿੰਘ ਇੰਗਰਾ, ਫੈਸਲਾ ਪੜ੍ਹਨਾ ਚਾਹੀਦਾ ਹੈ, ਫੈਸਲੇ ਤੋਂ ਬਾਅਦ ਕਮੈਂਟ ਕਰਨਾ ਚਾਹੀਦਾ ਹੈ। ਤੁਹਾਡੇ ਵਕੀਲਾਂ ਦੀ ਫੌਜ ਅੰਦਰ ਖੜੀ ਰਹਿੰਦੀ ਹੈ ਸਰ, ਉਹਨਾਂ ਨੇ ਕਮੈਂਟ ਉੱਥੇ ਕੋਈ ਕੀਤਾ ਵੀ ਐਸ ਆਈ ਟੀ ਹੈ ਜਿਹੜੀ ਜੇ ਖਾਰਜ ਕਰਦੇ ਪਏ ਹੋ ਤਾਂ ਠੀਕ ਹੈ, ਕੁੰਵਰ ਜੇ ਪ੍ਰਤਾਪ ਨੂੰ ਅਗਲੀ ਐਸ ਆਈ ਟੀ 'ਚ ਨਹੀਂ ਲਵਾਂਗੇ, ਇਹ ਸਰ ਉੱਥੇ ਆਰਗੂਮੈਂਟ ਹੋਏ ਹੈ ਜਾਂ ਨਹੀਂ ਹੋਏ? ਮੇਰੇ ਹਿਸਾਬ ਨਾਲ ਕਦੇ ਵੀ ਸਰਕਾਰਾਂ ਦੇ ਵਕੀਲ ਇਸ ਤਰ੍ਹਾਂ ਦੇ ਆਰਗੂਮੈਂਟ ਨਹੀਂ ਕਰਦੇਗੇ। ਜਿੱਥੋਂ ਤੱਕ ਮੇਰਾ ਗਿਆਨ ਜਾਂਦਾ ਹੈ, ਜੇ ਕਿਸੇ ਵਕੀਲ ਨੇ ਇਹੋ ਜਿਹਾ ਆਰਗੂਮੈਂਟ ਕੀਤਾ ਹੈ ਕਿ ਅਸੀਂ ਨਹੀਂ ਲਵਾਂਗੇ, ਤਾਂ ਫਿਰ ਭਾਈ ਸਰਕਾਰ ਨਜਿੱਠੂਗੀ ਉਸ ਵਕੀਲ ਨਾਲ, ਐਡੀ ਕਿਹੜੀ ਗੱਲ ਹੈ ਸਰਕਾਰ ਦੇ ਵਕੀਲ ਦਾ ਉਹ। ਹਰਦੀਪ ਸਿੰਘ ਇੰਗਰਾ, ਇੱਕ ਸਵਾਲ ਦਾ ਫਿਰ ਜਵਾਬ ਦੇ ਦਿਓ ਸਰ। ਸਰ ਹਾਈ ਕੋਰਟ ਵਿੱਚ ਹੀ ਦੁਬਾਰਾ ਤੁਹਾਨੂੰ ਇਸ ਮਾਮਲੇ ਦੀ ਪੈਰਵਾਈ ਕਰਨੀ ਚਾਹੀਦੀ ਹੈ, ਇਸ ਮਾਮਲੇ ਦੇ ਅਗੇਂਸਟ ਜਾਣਾ ਚਾਹੀਦਾ ਹੈ, ਜਾਂ ਸੁਪਰੀਮ ਕੋਰਟ ਹੀ ਇਕੱਲਾ ਰਾਹ ਬਚਦਾ? ਸਰ ਤੁਸੀਂ ਤਾਂ ਇਹਦੇ ਬਾਰੇ ਵੀ ਸਟੱਡੀ ਬਹੁਤ ਕੀਤੀ ਹੈ ਨਾ ਹਰਦੀਪ ਸਿੰਘ ਇੰਗਰਾ, ਇਹ ਵੀ ਦੱਸ ਦਿਓ ਸਰ, ਕਿਉਂਕਿ ਮੈਂ ਸਵਾਲ ਅਕਾਲੀ ਦਲ ਨੂੰ ਵੀ ਕੀਤਾ ਸੀ, ਉਹਨਾਂ ਨੇ ਜਵਾਬ ਦਿੱਤਾ। ਦੇਖੋ ਇਹਦੇ ਬਾਰੇ ਜਿਹੜਾ ਚੀਫ ਐਡਵਾਈਜ਼ਰ ਹੁੰਦਾ ਹੈਗਾ ਸਰਕਾਰ ਦਾ, ਐਡਵੋਕੇਟ ਜਨਰਲ ਹੁੰਦਾ, ਐਡਵੋਕੇਟ ਜਨਰਲ ਸਲਾਹ ਦੇਵੇਗਾ ਸਰਕਾਰ ਨੂੰ ਕਿ ਤੁਸੀਂ ਇਹ ਜਿਹੜਾ ਫੈਸਲਾ ਹੈ ਇਹਨੂੰ ਚੈਲੇਂਜ ਫੁੱਲ ਬੈਂਚ 'ਚ ਕਰਨਾ, ਹਾਈ ਕੋਰਟ ਦੇ ਜਾਂ ਤੁਸੀਂ ਸੁਪਰੀਮ ਕੋਰਟ 'ਚ ਕਰਨਾ, ਉਹਦੀ ਸਲਾਹ ਦੇ ਮੁਤਾਬਕ ਜਿਹੜਾ ਉਹ ਸਰਕਾਰ ਉਹਦੇ ਤੇ ਵਿਚਾਰ ਕਰੇਗੀ। ਸਰ ਤੁਹਾਡੇ ਵਿਰੋਧੀ ਤਾਂ ਕੇਂਦਰ ਸਾਹਿਬ ਕਹਿੰਦੇ ਆ ਕੇਪੀ ਪਲੀਜ਼ ਬੋਲੋ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਅਸੀਂ ਅਪੀਲ ਕਰਾਂਗੇ, ਅਸੀਂ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਅਪੀਲ ਕਰਾਂਗੇ, ਹੁਣ ਅਪੀਲ ਕਿਤੇ ਵੀ ਹੋਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਦੇ ਵੀ। ਕੇਂਦਰ ਸਾਹਿਬ ਤੁਹਾਡੇ ਵਿਰੋਧੀ ਪਤਾ ਕੀ ਕਹਿੰਦੇ ਆ ਵੀ ਤੁਹਾਡੇ ਵਕੀਲਾਂ ਦੀ ਫੌਜ ਕੋਈ ਦੱਸ ਦਿਓ ਸਰ ਕੇਸ ਜਿੱਤਿਆ ਉਹਨਾਂ ਨੇ ਤਾਂ? ਦੇਖੋ ਫਿਰ ਉਹੀ ਗੱਲ, ਜਿਹੜੇ ਵਿਰੋਧੀ ਹੁੰਦੇ ਜੋ ਤੁਸੀਂ ਕਹਿ ਹੀ ਦਿੱਤਾ ਵਿਰੋਧੀ, ਤੇ ਫਿਰ ਉਹ ਸਾਡੇ ਹੱਕ ਦੀ ਗੱਲ ਕਿਵੇਂ ਕਰਨਗੇ? ਜਿਨ੍ਹਾਂ ਨੂੰ ਤੁਸੀਂ ਵਿਰੋਧੀ ਕਹਿ ਰਹੇ ਹੋ ਉਹ ਵਿਰੋਧੀ ਤਾਂ ਦੇਖੋ ਦੋ ਦੁਣੀ ਚਾਰ ਨੂੰ ਵੀ ਦੋ ਦੁਣੀ ਛੇ ਕਹਿ ਦੇਣਗੇ, ਉਹ ਤਾਂ ਜੋ ਮਰਜ਼ੀ ਕਹਿਣ। ਦੇਖੋ ਵਿਰੋਧੀ ਜਿਹੜਾ ਉਹ ਜਿਹਨੂੰ ਤੁਸੀਂ ਵਿਰੋਧੀ ਕਹਿਤਾ ਉਹ ਸਾਡੇ ਹੱਕ ਦੀ ਗੱਲ ਕਿਵੇਂ ਕਰੇਗਾ? ਹਰਦੀਪ ਸਿੰਘ ਇੰਗਰਾ, ਤੁਸੀਂ ਬੜੇ ਸਮਝਦਾਰ ਹੋ, ਕੈਪਟਨ ਅਮਰਿੰਦਰ ਸਿੰਘ ਜਿਹੜਾ ਜਸ਼ਨ ਵਾਲਾ ਬਿਆਨ ਦਿੱਤਾ ਅਕਾਲੀ ਦਲ ਨੇ ਬਹੁਤ ਵਿਰੋਧ ਕੀਤਾ ਹੁੰਦਾ, ਉਹਨਾਂ 'ਤੇ ਕੋਈ ਕਮੈਂਟ ਕਰਨਾ ਚਾਹੁੰਦੇ? ਨਹੀਂ, ਜਸ਼ਨ ਜਿਹੜਾ ਵੀ ਅਕਾਲੀ ਦਲ ਨੇ ਮਨਾਇਆ ਸਰ, ਮਨਾਇਆ ਮੈਨੂੰ ਨਹੀਂ ਪਤਾ, ਤੁਹਾਨੂੰ ਪਤਾ ਹੋਊਗਾ ਸਰ। ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਹੈਗਾ, ਤੁਸੀਂ ਦੇਖੋ ਕਦੇ ਵੀ ਕੋਈ ਕਚਹਿਰੀ ਦੇ ਜਿਹੜੇ ਫੈਸਲੇ ਹੁੰਦੇ ਆ ਜਿੰਨਾ ਚਿਰ ਫਾਈਨਲ ਫੈਸਲਾ ਨਹੀਂ ਨਾ ਹੁੰਦਾ ਸੁਪਰੀਮ ਕੋਰਟ ਦਾ, ਜਿੱਥੋਂ ਤੱਕ ਐਗਜ਼ੌਸਟ ਨਹੀਂ ਹੋ ਜਾਂਦੀਆਂ ਸਾਰੀਆਂ ਐਪੀਲੇਟ ਅਥਾਰਟੀਜ਼, ਉਦੋਂ ਤੱਕ ਕਿਸੇ ਵੀ ਕਚਹਿਰੀ ਦੇ ਫੈਸਲੇ ਦੇ ਉੱਤੇ ਕੱਛਾਂ ਨਹੀਂ ਮਾਰਨੀਆਂ ਚਾਹੀਦੀਆਂ। ਠੀਕ ਹੈ, ਕਿਉਂਕਿ ਕਚਹਿਰੀ ਦਾ ਕੋਈ ਵੀ ਫੈਸਲਾ ਉਤਲੀ ਕਚਹਿਰੀ ਦੇ ਵਿੱਚ ਚੈਲੰਜ ਹੋ ਜਾਂਦਾ ਹੁੰਦਾ ਹੈ, ਔਰ ਸਰਕਾਰ ਕੋਲੇ ਪੂਰੇ ਇਖਤਿਆਰ ਹੁੰਦੇ ਉਹਨੂੰ ਚੈਲੰਜ ਕਰਨ ਦੇ। ਠੀਕ ਹੈ ਵਿਰਸਾ ਸਿੰਘ ਬਲਟੋਆ, ਸਰ ਇਸ ਜਸ਼ਨ ਵਾਲੇ ਬਿਆਨ ਤੇ ਤੁਸੀਂ ਬਹੁਤ ਸਖਤ ਟਿੱਪਣੀ ਕੀਤੀ ਹੈ ਵਿਰਸਾ ਸਿੰਘ ਬਲਟੋਆ। ਦੇਖੋ ਕੇਪੀ ਜੀ, ਪਹਿਲੀ ਤੇ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਿਲ 'ਚ ਜੋ ਆਉਂਦਾ ਮੂੰਹ 'ਚ ਜੋ ਆਉਂਦਾ ਬੋਲ ਦਿੰਦੇ ਨੇ, ਚਲੋ ਬੜੇ ਵੱਡੇ ਲੀਡਰ ਨੇ, ਪੰਜਾਬ ਦੇ ਮੁੱਖ ਮੰਤਰੀ ਨੇ, ਪਰ ਸਿੱਧੀ ਗੱਲ ਹੈ, ਸਪਸ਼ਟ ਗੱਲ ਹੈ ਕਿ ਜੋ ਵੀ ਇਹ ਫੈਸਲਾ ਆਇਆ ਆ, ਜੋ ਹਾਈਕੋਰਟ ਨੇ ਟਿੱਪਣੀਆਂ ਕੀਤੀਆਂ ਨੇ, ਉਹਨਾਂ ਵੱਲ ਵੇਖ ਕੇ ਜਿਹੜੇ ਇਨਸਾਫ਼ ਦੀ ਆਸ ਲੋਕ ਲਾ ਕੇ ਬੈਠੇ ਸੀਗੇ ਤੇ ਦੁੱਖ ਦਾ ਪ੍ਰਗਟਾਵਾ ਕਰਨ ਨੂੰ ਜ਼ਰੂਰ ਜੀ ਕਰਦਾ ਹੈ। ਜਸ਼ਨ ਵਾਲੀ ਗੱਲ ਤਾਂ ਕਿਸੇ ਨੇ ਕੀਤੀ ਨਹੀਂ, ਅਸੀਂ ਤਾਂ ਕਹਿੰਦੇ ਇਹਦੀ ਜਾਂਚ ਹੋਣੀ ਚਾਹੀਦੀ ਹੈ, ਕਸੂਰਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਸਿਆਸਤ ਨਹੀਂ ਹੋਣੀ ਚਾਹੀਦੀ। ਬਲਟੋਆ ਸਾਹਿਬ, ਬਲਟੋਆ ਸਾਹਿਬ ਤੁਸੀਂ ਹਮੇਸ਼ਾ ਕਹਿੰਦੇ ਹੋ, ਮਾਫ਼ ਕਰਨਾ ਮੈਂ ਤੁਹਾਨੂੰ ਰੋਕ ਰਿਹਾ, ਬਲਟੋਆ ਸਾਹਿਬ ਤੁਸੀਂ ਸ਼ੁਰੂ ਤੋਂ ਕਹਿੰਦੇ ਹੋ ਜਾਂਚ ਹੋਣੀ ਚਾਹੀਦੀ ਹੈ, ਇਨਸਾਫ਼ ਮਿਲਣਾ ਚਾਹੀਦਾ। ਸਰ ਜਾਂਚ ਜਿਹੜੀ ਵੀ ਬੈਠਦੀ ਹੈ, ਕਮਿਸ਼ਨ ਜਿਹੜਾ ਵੀ ਬੈਠਦਾ, ਅਕਾਲੀ ਦਲ ਨੂੰ ਨਾ ਮਨਜ਼ੂਰ ਹੈ ਜੀ, ਇਹ ਇਹਦੇ ਵਿੱਚ ਸਿਆਸਤ ਹੈ ਜੀ। ਸਰ ਕੋਈ ਤਾਂ ਬੰਦਾ ਹੋਊਗਾ ਅਕਾਲੀ ਦਲ ਦੱਸ ਦੇਵੇ ਸਰ ਕਿਹਨਾਂ ਤੋਂ ਜਾਂਚ ਹੋਣੀ ਚਾਹੀਦੀ ਹੈ, ਕਿਹੜਾ ਬੰਦਾ ਕਲੈਕਟ ਕਰੂਗਾ ਸਾਰਾ ਕੁਝ, ਤੁਸੀਂ ਦੱਸ ਦਿਓ ਸਰ, ਸੁਝਾਅ ਦੇ ਦਿਓ ਤੁਸੀਂ ਬਟੋਆ ਸਾਹਿਬ। ਦੇਖੋ ਅਸੀਂ ਕਿਹਾ ਸੀਗਾ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਕਰਵਾ ਲਓ, ਓਪਨਲੀ ਕਿਹਾ ਸੀਗਾ ਕਿ ਸਰਕਾਰ ਲਿਖ ਕੇ ਭੇਜਦੀ, ਆਪੇ ਜਸਟਿਸ ਕੋਈ ਨਾ ਕੋਈ ਅਪੁਆਇੰਟ ਹੋ ਜਾਂਦਾ, ਕਮਿਸ਼ਨ ਬਣ ਜਾਂਦਾ। ਪਰ ਜੇ ਤੁਸੀਂ ਆਪਦੇ ਪੈਗ ਪਿਆਲੇ ਦੇ ਯਾਰ ਨੂੰ, ਆਪਦੇ ਬੁੱਕਲ ਦੇ ਯਾਰ ਨੂੰ ਤੁਸੀਂ ਕਮਿਸ਼ਨ ਦਾ ਹੈੱਡ ਬਣਾਓਗੇ ਤੇ ਕਿੰਤੂ ਪਰੰਤੂ ਤੇ ਉੱਠਣਗੇ। ਹੁਣ ਜਸਟਿਸ ਰਣਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਂਝ ਦਾ ਕਿਸੇ ਨੂੰ ਓਹਲਾ ਆ? ਔਰ ਜਿਸ ਤਰ੍ਹਾਂ ਦੀਆਂ ਜਾਂਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ, ਮੇਰਾ ਇੱਕੋ ਸਵਾਲ ਵਾਰ ਵਾਰ ਆਊਗਾ ਕਿ ਨਾਲ ਦੇ ਤਿੰਨ ਸਾਥੀ ਔਰ ਜਿਹੜਾ ਹੈੱਡ ਬਣਾਇਆ ਗਿਆ ਉਹਨੇ ਕਹਿਤਾ ਕਿ ਇਹ ਨਿਰਪੱਖ ਜਾਂਚ ਨਹੀਂ ਕਰ ਰਹੇ, ਮਨ ਮਰਜ਼ੀ ਕਰ ਰਹੇ ਆ, ਬਾਇਸ ਇਨਕੁਆਇਰੀ ਕਰ ਰਹੇ ਆ, ਇਸ ਤੋਂ ਵੱਡਾ ਹੋਰ ਕੀ ਸਵਾਲ ਹੋ ਸਕਦਾ ਹੈ? ਵਲਟੋਆ ਸਾਹਿਬ, ਬੜੀ ਸਾਫ਼ ਗੱਲ ਆ ਕਿ ਸਮੇਤ ਸਿੰਘ ਸੈਣੀ ਨੂੰ ਕੌਣ ਬਚਾਉਂਦਾ ਰਿਹਾ ਅੱਜ ਤੱਕ?
और ये पुलिस मैं पहले कह चुका हाँ कि पुलिस के विरुद्ध कोई केस फ्रेम करने पुलिस की ही एस आई टी बना के ये आप हिलटा दिया तरीका ही मैं बहुता पाँगा नहीं है जे कोई हम पिछे पा अपने कुलीग के पिछे पा कह दें अस बायस दिया हूँ सवाल है कि वह जो बंदे जे इनू किंतु परंतु कर रहे आप क्योंकि वह तीन आ क्योंकि वह एक हैड आ इस करके असं उन्होंने सच्चे मानते हैं अफसर पास होके आपके पुलिस मुलाजमान बचाने लगे रहे ते कुंवर विजय प्रताप ने यह नहीं गल मनी इन एदा मन सकते हैं मैं ये कह रहा हाँ कि अपने कलीग विरुद्ध कुछ केस नू फ्रेम करना स्ट्रोंगली फ्रेम करना अपनी टास्क होता है महकमे का मामला है हुण जदों उन्हां नू करना पै रहा उन्होंने किवें अपनी अपनी गड्डी दे उत्ते गोलियां मारियां पर जो सारा तुहाडे सामने हो रहा क्योंकि होर केस भी है ना इसे तरह ही तुहानूं हर वारी इह मुसीबत दा फेस करना पैंदा ਹੁਣ ਬਲਟੂ ਆ ਜੀ ਇਸ ਕਰਕੇ ਉਹਨਾਂ ਨੂੰ ਸੱਚੇ ਕਹਿ ਰਿਹਾ ਹੈ ਕਿਉਂਕਿ ਉਹ ਉਹਨੂੰ ਨਿੰਦ ਰਹੇ ਆ ਹੁਣ ਜੇ ਕੋਈ ਬਿਰਲਾ ਵਾਂਝਾ ਅਫਸਰ ਬਚਿਆ ਆ ਜਿਹੜਾ ਡਟ ਕੇ ਇਨਸਾਫ਼ ਦੇ ਨਾਲ ਕਾਨੂੰਨ ਦੇ ਨਾਲ ਖਲੋਂਦਾ ਉਹਨੂੰ ਇੰਨਾ ਡਿਸਕਰੇਜ ਨਹੀਂ ਕਰਨਾ ਚਾਹੀਦਾ ਮੇਰਾ ਕੋਈ ਨਿੱਜੀ ਲੈਣਾ ਦੇਣਾ ਨਹੀਂ ਆ ਕਿਸੇ ਦੇ ਨਾਲ ਮੈਂ ਤੇ ਉਹਨਾਂ ਦੀਆਂ ਜਿਹੜੀਆਂ ਬਾਕੀ ਪੁਰਾਣਾ ਰੈਪੂਟੇਸ਼ਨ ਆ ਐਜ਼ ਆਈ ਪੀ ਐਸ ਅਫਸਰ ਉਹਦੇ ਮੁਤਾਬਕ ਕਹਿ ਰਿਹਾ ਕਿ ਉਹਨੇ ਆਪਣੇ ਕਲੀਗ ਦੇ ਨਾਲ ਕਮੇਟੀ ਦੇ ਮੈਂਬਰਾਂ ਨਾਲ ਵੀ ਪੰਗਾ ਲੈ ਕੇ ਆਪਣੀ ਗੱਲ ਨੂੰ ਅੱਗੇ ਤੋਰਿਆ ਅਸੀਂ ਕਹਿੰਦੇ ਆ ਕਿ ਉਹ ਉਹਨੂੰ ਕਿਉਂ ਕਰਦੇ ਆ ਇਸ ਕਰਕੇ ਤੁਸੀਂ ਉਸ ਨੂੰ ਉਹ ਮਾੜਾ ਬੰਦਾ ਠੀਕ ਹੈ ਸਰ ਠੀਕ ਹੈ ਨਾ ਡਰਾ ਕਰਾਓ ਠੀਕ ਹੈ ਜੇ 100 ਬੰਦਾ ਝੂਠ ਬੋਲਦਾ ਹੋਵੇ 1 ਮਿੰਟ ਜੀ ਹਾਂਜੀ ਤੇ 5 ਬੰਦੇ ਸੱਚ ਬੋਲਦੇ ਹੁਣ ਤੇ 100 ਬੰਦਿਆਂ ਦਾ ਝੂਠ ਸੱਚ ਨਹੀਂ ਹੋ ਜਾਂਦਾ ਤੇ 5 ਜਿਹੜੇ ਆ ਉਹ ਗਲਤ ਨਹੀਂ ਹੁੰਦੇ ਇਹ ਕੋਈ ਤਰੀਕਾ ਨਹੀਂ ਹੈਗਾ ਹਰਦੀਪ ਸਿੰਘ ਇੰਗਰਾ ਸਰ ਤੁਸੀਂ ਇਸ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਪਾ ਰਹੇ ਕਿ ਬਾਕੀ ਮੈਂਬਰ ਜਿਹੜੇ ਕੁੰਵਰ ਵਿਜੇ ਪ੍ਰਤਾਪ ਨਾਲੋਂ ਵੱਖ ਹੋ ਗਏ ਸੀਗੇ ਮੈਂ ਬਲਟੋਆ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹਣਾਗਾ ਕਿ ਬਲਟੋਆ ਸਾਹਿਬ ਨਾਲੋਂ ਜ਼ਿਆਦਾ ਸੁਮੇਧ ਸਿੰਘ ਸੈਣੀ ਦਾ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਕੋਈ ਨਹੀਂ ਜਾਣਦਾ ਬਲਟੋਆ ਸਾਹਿਬ ਮੰਨਣ ਚਾਹੇ ਨਾ ਮੰਨਣ ਔਰ ਬਲਟੋਆ ਸਾਹਿਬ ਇਸ ਗੱਲ ਦੇ ਜਵਾਬ ਦੇਣ ਕਿ ਉਹਨਾਂ ਨੂੰ ਡੀਜੀਪੀ ਲਾਉਣ ਕਿਹੜੀ ਸਰਕਾਰ ਨੇ ਲਾਇਆ ਸੀ ਦੂਜੀ ਗੱਲ ਇਹ ਦੋ ਮੁੱਦੇ ਆ ਇਹਨਾਂ ਨੂੰ ਕਨਫਿਊਜ਼ ਨਾ ਕਰੋ ਇੱਕ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹਦੇ ਬਾਰੇ ਵਿਚਾਰ ਕਿਸੇ ਦੇ ਭਿੰਨ ਹੋ ਸਕਦੇ ਆ ਦੂਜਾ ਮੁੱਦਾ ਹੈ ਗੋਲੀਕਾਂਡ ਦਾ ਗੋਲੀਕਾਂਡ ਦੇ ਵਿੱਚ ਉਮਰਾ ਨੰਗਲ ਤੇ ਸੁਮੇਧ ਸਿੰਘ ਸੈਣੀ ਦੀ ਜਿਹੜੀ बाकी मेंबर क्यों वक्त हो गए अकाली दल वार-वार सवाल पूछता पिया क्यों नहीं जवाब देंदे पे तुसीं देखो जो भी कोई कमेटी बनती है उहदे दो किस्म दी कमेटी दे मेंबर हुंदे आ इक तां हुंदी आ कमेटी दे सारे मेंबर एट पार हुंदे आ इक कमिशन बनदा हैगा एक हुंदा है कि एक कमेटी का हैड हुंदा है बाकी मैंबर हुंदे है वह मैंबर अपना नोट ऑफ डिसेंट लिख सकते हैं पर दस्त चेयरमैन चलो चीफ इलेक्शन कमिशन के जो अपना छड के एक इलेक्शन कमिश्नर ने आपका डिसेंट नोट भेजा सीगा लेकिन दस्त चीफ इलेक्शन कमिश्नर दे होने सी उते बड़ी वड्डी कंट्रोवर्सी किंगरा साहब जवाब नहीं हैगा सर किंगरा साहब जवाब नहीं दे रहे तुसी नहीं सर किंगरा साहब जवाब नहीं दे रहे सर तुसी किंगरा साहब जवाब नहीं हैगा ना सर ये जवाब नहीं हैगा किंगरा साहब जवाब है ये प्रोसीजर है केपी जदों भी कोई चेयरमैन हुंदा है बोर्ड दी मीटिंगां च सारे डायरेक्टर करदे आ लेकिन दस्त सिर्फ चेयरमैन दे हुंदे आ बाकी किसे बोर्ड दे सर इस एसआईटी दा मुखी कौन है सर इस एसआईटी दा मुखी कौन है सर इस एसआईटी दा मुखी विजय प्रताप सिंह बटवा साहब ले लो जवाब सर चलो बटवा साहब आप रहे हैं चीफ पार्लियामेंट्री सेक्रेटरी ये चेयरमैन होते तौर पे दस्त करते रहे हुणे बोर्डां दे विच बाकी मेंबर थोड़ी दस्त करते हैं जानकारी नहीं तो फिर इन्हें प्रगटावा नहीं करना चाहिए किंगरा साहब जी स्पेशल इन्वेस्टिगेशन टीम बनी सी वो चार मैंबरी बनी सी जिहदे हैड सी ए डी जी पी प्रबोध कुमार वो चेयरमैन सी कमेटी दे ना के कुंवर विजय प्रताप कुंवर विजय प्रताप बाकी जो तीन मैंबर से उन्होंने एक मैंबर से और दूसरी गल जी है यह निगम है
ਕਿ ਚਾਹੇ ਵੱਡੇ ਤੋਂ ਵੱਡੇ ਕੇਸ ਦੀ ਐਸ ਆਈ ਟੀ ਬਣੇ ਚਾਹੇ ਛੋਟੇ ਤੋਂ ਛੋਟੇ 326 ਨੂੰ ਵੀ ਐਸ ਆਈ ਟੀ ਬਣੇ ਉਹਦੀ ਜਿਹੜੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਉਹਦੇ ਤੇ ਸਾਰੇ ਮੈਂਬਰ ਸਾਹਿਬਾਨ ਦੇ ਦਸਖਤ ਹੁੰਦੇ ਆ ਜਿਹੜਾ ਕੀਤਾ ਜਾਂਦਾ ਉਹਦੇ ਤੇ ਵੀ ਸਾਰੇ ਮੈਂਬਰ ਸਾਹਿਬਾਨ ਦੇ ਤੇ ਹੈਡ ਦੇ ਦਸਖਤ ਹੁੰਦੇ ਨੇ ਇੱਥੇ ਹੈਡ ਵੀ ਪਾਸੇ ਬੈਠੇ ਹੈ ਦੋ ਮੈਂਬਰ ਵੀ ਪਾਸੇ ਬੈਠੇ ਹੈ ਤੂੰ ਵਿਜੇ ਪ੍ਰਤਾਪ ਜੀ ਆਪਣੇ ਆਪ ਸਭ ਕੁਛ ਕਰੀ ਜਾਂਦੇ ਹੁਣ ਦੇਖੋ ਕੇਪੀ ਜੀ 2019 ਦੀਆਂ ਚੋਣਾਂ ਦੇ ਸਮੇਂ ਚੀਫ ਇਲੈਕਸ਼ਨ ਕਮਿਸ਼ਨ ਨੇ ਆਰਡਰ ਪਾਸ ਕੀਤੇ ਕਿ ਕੁਮਾਰ ਵਿਜੇ ਪ੍ਰਤਾਪ ਜਿੰਨਾ ਚਿਰ ਚੋਣਾਂ ਚੱਲਦੀਆਂ ਨੇ ਉਹਨਾਂ ਚਿਰ ਹੈਡ ਕਮੇਟੀ ਦੇ ਮੈਂਬਰ ਨਹੀਂ ਰਹਿਣਗੇ ਇਹਨਾਂ ਨੇ ਕੀ ਕੀਤਾ ਅਜੇ ਕੋਡ ਆਫ ਕੰਡਕਟ ਹਟਿਆ ਨਹੀਂ ਚੋਣਾਂ ਚੱਲਦੀਆਂ ਨੇ ਤੇ ਚੋਣਾਂ ਦੇ ਵਿੱਚ ਜਾ ਕੇ ਚਲਾਨ ਪੇਸ਼ ਕਰਤਾ ਦੋਸ਼ੀ ਇਨਸਾਫ ਕਦੋਂ ਮਿਲੇਗਾ ਉਹ ਪੀੜਿਤ ਪਰਿਵਾਰ ਸੰਗਤ ਸਾਰੀ ਇੱਕ ਵਾਰ ਫਿਰ ਤੋਂ ਵਿਰੋਧ ਕਰਨ ਦੇ ਰੋਂ ਵਿੱਚ ਹੈ ਪਰ ਇਸ ਰੋਂ ਦੇ ਵਿਚਾਲੇ ਇਹ ਰਾਜਨੀਤੀ ਕੀ ਕਰੇਗੀ ਸਾਡੀ ਨਜ਼ਰ ਇਹ ਤੇ ਹੈ ਬਹੁਤ ਧੰਨਵਾਦ।